ਪਰ ਆਪਾਂ ਗੁਰਦੇਵ ਦੀ ਤੁਲਨਾ ਨਹੀਂ ਦੇਣੀ, ਕਲਗੀਧਰ ਮਹਾਰਾਜ ਦੀ ਤੁਲਨਾ ਕਿਸੇ ਵੀ ਮਹਾਂਪੁਰਖ ਨਾਲ ਨਹੀਂ ਦੇਣੀ, ਕਿਉਂਕਿ ਇਹ ਗੁਰਮਤ ਦਾ ਸਿਧਾਂਤ ਹੈ, ਟਕਸਾਲ ਦੇ ਅਸੂਲ ਹੈ, ਆਪਾਂ ਇਹਨਾਂ ਨੂੰ ਗਾਂਹ ਤੋਂ ਖਿਆਲ 'ਚ ਰੱਖਣਾ। ਹਾਂ, ਜਿਹੜਾ ਕੋਈ ਗੁਰਸਿੱਖ ਕਹਿੰਦਾ ਉਹਨੂੰ ਵੀ ਸਮਝਾਉਣਾ ਵੀ ਭਾਈ ਤੇਰੀ ਸ਼ਰਧਾ ਮੁਬਾਰਕ, ਬਹੁਤ ਚੰਗੀ ਗੱਲ ਹੈ, ਪਰ ਉਹ ਚੋਜੀ ਪ੍ਰੀਤਮ ਦੀ ਤੁਲਨਾ ਨਹੀਂ ਦੇਣੀ, ਕਿਉਂਕਿ ਗੁਰੂ ਗੁਰੂ ਹੈ, ਸਿੱਖ ਸਿੱਖ ਹੈ। ਇਸ ਵਾਸਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਹੁਣ ਸਤਿਕਾਰਯੋਗ ਬਾਬਾ ਜੀ, ਬਾਬਾ ਜੀ ਆਓ, ਬਾਬਾ ਜੀ ਆਪ ਜੀ ਨਾਲ ਧਾਰਨਾ ਰਾਹੀਂ ਵੀ ਅਤੇ ਮਹਾਂਪੁਰਖਾਂ ਦਾ ਜੋ ਸੰਗ ਮਾਣਿਆ ਉਹ ਵੀ, ਅਤੇ ਨਾਲ ਨਾਲ ਆਪਾਂ ਨੂੰ ਗੁਰਮਤ ਦੀ ਵੀ ਸਾਰੀ ਸਿੱਖਿਆ ਦੇਣਗੇ। ਅਤੇ ਮੈਂ ਬਾਬਾ ਜੀ ਨੂੰ ਬੇਨਤੀ ਕਰਨੀ ਆ, ਜਿਹੜੀ ਜਗ੍ਹਾ ਨਾ ਇੱਥੇ ਤਾਂ ਤਿਲ ਸਿੱਟਣ ਨੂੰ ਥਾਂ ਨਹੀਂ ਹੋਣਾ, ਸੰਗਤ ਆਉਂਦੀ ਹੌਲੀ ਆ, ਸਲੋਅ ਆਉਂਦੀ ਇੱਥੇ। ਅਤੇ ਇੱਕ ਧਾਰਨਾ ਪੜ੍ਹਦੇ ਪੜ੍ਹਦੇ ਬਾਬਾ ਜੀ ਇਹ ਪਨਾਲ ਭਰ ਜਾਣਾ, ਅਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਕਿਹਨੂੰ ਉਡੀਕਦੇ ਹਾਂ ਭਾਈ, ਜਿਹੜਾ ਸਿੱਖਿਆ ਦਾ ਪ੍ਰਸ਼ਾਦ ਤਾਂ ਵਰਤ ਗਿਆ, ਮੁੜ ਕੇ ਆਏ ਤਾਂ ਖਾਲੀ ਰਹਿ ਜਾਂਗੇ। ਇਸ ਵਾਸਤੇ ਉਡੀਕੋ ਨਾ, ਜਿਹੜੇ ਕਿਤੇ ਵੀ ਖੜ੍ਹੇ ਆ ਨਾ, ਕਈ ਵਾਰੀ ਰਾਹ 'ਚ ਉਡੀਕਣ ਲੱਗ ਪੈਂਦੇ, ਇੱਕ ਮਿੰਟ ਰੁਕ ਜਾਓ ਮੈਂ ਵੀ ਚੱਲਦਾ, ਦੋ ਮਿੰਟ ਰੁਕ ਜਾਓ ਮੈਂ ਵੀ ਚੱਲਦਾ, ਉਹਨੂੰ ਕਹਾਂ ਭਾਈ ਤੂੰ ਆ ਜੀ ਅਸੀਂ ਚੱਲੇ। ਇਸ ਕਰਕੇ ਜਿੰਨਾ ਜਲਦੀ ਗੁਰੂ ਕੀ ਸੰਗਤ ਵਿੱਚ ਬੈਠਾਂਗੇ, ਗੁਰੂ ਕੀ ਹਜ਼ੂਰੀ 'ਚ ਬੈਠਾਂਗੇ, ਉਨਾ ਹੀ ਵੱਧ ਆਨੰਦ ਲੈ ਲਾਂਗੇ। ਇਸ ਕਰਕੇ ਉਡੀਕੋ ਨਾ, ਜਲਦੀ ਤੋਂ ਜਲਦੀ ਆ ਕੇ ਦੀਵਾਨ ਦੀਆਂ ਹਾਜ਼ਰੀਆਂ ਭਰੋ। ਹੁਣ ਸਤਿਕਾਰਯੋਗ ਬਾਬਾ ਜੀ, ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ ਆਪ ਸੰਗਤਾਂ ਨਾਲ ਪ੍ਰਵਚਨ ਕਰਨਗੇ। ਸਾਰੀ ਸੰਗਤ ਇੱਕ ਵਾਰੀ ਇਹਨਾਂ ਦੇ ਸਤਿਕਾਰ ਵਾਸਤੇ ਗੱਜ ਕੇ ਜੈਕਾਰਾ ਬੁਲਾਓ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਰਤ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਸੇ ਪੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰ ਵੇਸੇ, ਤਨ ਧਨ ਜਨੇਂਦੀ ਮਾਓ, ਤਨ ਧਨ ਜਨੇਂਦੀ ਮਾਓ, ਆਏ ਸਫਲ ਸੇ ਸ੍ਰੀ ਗੁਰੂ ਗੋਬਿੰਦ ਸਿੰਘ, ਤਾਂਗ ਲੱਗੀ ਬਿੰਦ ਬਿੰਦ ਬਾਰ ਦੇਵਾਂ, ਜਿੰਦ ਜਿੰਦ ਵੇਖ ਲਾਂ ਦੀਦਾਰ ਮੈਂ, ਦੀਦ ਨੇ ਵਿਛਾਈ ਕਰਾਂ ਮਨ ਤਨ ਵੇਚ ਮਰਾਂ, ਸ਼ਰਧਾ ਮੌਜ ਜੀਵ ਮਰਾਂ ਜਾਵਾਂ ਬਲਿਹਾਰ ਮੈਂ, ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ, ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ, ਦੱਸੋ ਹੋਰ ਕੌਣ ਹੈਗਾ ਦਸਮੇਸ਼ ਜਿਹਾ ਜਹਾਨ ਵਿੱਚ, ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਅਤੇ ਦਾਨ ਵਿੱਚ, ਧਰਮ ਕਮਾਉਣ ਵਿੱਚ ਜ਼ੁਲਮ ਮਟਾਉਣ ਵਿੱਚ, ਦੁੱਖੜੇ ਉਠਾਉਣ ਵਿੱਚ ਸੁੱਖ ਨਾ ਨਿਭਾਉਣ ਵਿੱਚ,
ਬਲੀਆਂ ਵਿੱਚੋਂ ਬਲੀ ਪੂਰਾ, ਯੋਧਿਆਂ ਵਿੱਚੋਂ ਯੋਧਾ ਸੂਰਾ। ਬਲੀਆਂ ਵਿੱਚੋਂ ਬਲੀ ਪੂਰਾ, ਯੋਧਿਆਂ ਵਿੱਚੋਂ ਯੋਧਾ ਸੂਰਾ। ਕਵੀਆਂ ਵਿੱਚੋਂ ਕਵੀ ਅਤੇ ਗੁਰੂ ਹੈ ਗਿਆਨ ਵਿੱਚ। ਤਨ ਤਨ ਜੀ ਆਉਣਾ ਉਹਨਾਂ ਦਾ, ਤਨ ਤਨ ਜੀ ਆਉਣਾ ਉਹਨਾਂ ਦਾ, ਸੰਗੀਓ ਸੁਭਾਗੀਆਂ ਘੜੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ। ਬਾਣੀ ਦੀ ਪੰਕਤੀ ਹੈ, ਵੱਡ ਭਾਗੀ ਹਰ ਸੰਗਤ ਪਾਵਾ, ਵੱਡੇ ਦੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕੋਲੇ ਬੈਠਣਾ, ਤੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਗੁਰੂ ਕੋਲੇ ਬਹਿ ਕੇ ਗੱਲਾਂ ਕਰਨੀਆਂ, ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਹਰ ਜਸ ਕਰ ਤੇ ਬਾਤ ਚਲਾਵਾ, ਰੱਬ ਦੀ ਗੱਲ ਹੁੰਦੀ ਹੋਵੇ ਤੇ ਐਵੇਂ ਇੱਕ ਬੈਠਾ ਗਾਜਰਾਂ ਵੇਚੀ ਜਾਵੇ, ਉਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਦੂਸਰੀ ਗੱਲ, ਜਿਹੜੇ ਬੰਦੇ ਬਾਹਰ ਫਿਰਨ ਜਾਂ ਚੇਤਨਾ ਕਰੇ ਗੁਰੂ ਕੋਲੇ ਆਉਣ ਨੂੰ,
ਉਹਨਾਂ ਦੇ ਪਰਥਾਏ ਗੁਰੂ ਜੀ ਕੀ ਕਹਿੰਦੇ, ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਬਹਿ ਨਾ ਸਤਿਗੁਰ ਪਾਸ। ਕਹਿੰਦੇ ਵੀ ਜਿਹੜੇ ਬੰਦਿਆਂ ਦਾ ਹਿਰਦਾ ਪੱਥਰ ਵਰਗਾ, ਪੱਥਰ ਨੂੰ 12 ਸਾਲ ਪਾਣੀ ਚ ਰੱਖੀ ਰੱਖੋ, ਜਦੋਂ ਕੱਢਾਂਗੇ ਸੁੱਕੇ ਦਾ ਸੁੱਕਾ। ਇਸੇ ਤਰ੍ਹਾਂ ਮਨਮੁੱਖ ਜਿਹੜਾ ਬੰਦਾ, ਉਹਦਾ ਹਿਰਦਾ ਪੱਥਰ ਦੀ ਨਿਆਈ ਹੈ, ਉਹਨੂੰ ਸਾਧ ਸੰਗਤ ਉਹਦਾ ਚਿੱਤ ਨਹੀਂ ਕਰਦਾ ਗੁਰੂ ਕੋਲੇ ਬੈਠਣ। ਗੁਰੂ ਕੋਲੇ ਚਿੱਤ ਉਹ ਬੰਦੇ ਦਾ ਚਿੱਤ ਕਰਦਾ ਜਿਹਦੇ ਮੱਥੇ ਦੇ ਅਤਿ ਚੰਗੇ ਪਾਕ ਹੋਣ। ਗੁਸਾਈ ਜੀ ਦਾ ਜ਼ਿਕਰ ਹੈ, ਤੁਲਸੀ ਪੂਰਵਲੇ ਕਰਮ ਬਿਨ ਹਰ ਜਾ ਸੁਣਿਆ ਨਾ ਜਾਏ। ਚੰਗੇ ਭਾਗਾਂ ਤੋਂ ਬਗੈਰ ਹਰੀ ਦਾ ਜਾ ਸੁਣਿਆ ਤਾਂ ਕੀ ਜਾਣਾ, ਬੰਦੇ ਦਾ ਮੱਥਾ ਟੇਕਣ ਨੂੰ ਚਿੱਤ ਨਹੀਂ ਕਰਦਾ। ਤੁਲਸੀ ਪੂਰਵਲੇ ਕਰਮ ਬਿਨ ਹਰ ਜਾ ਸੁਣਿਆ ਨਾ ਜਾਏ, ਕਿਆ ਉਂਗਾ ਕਿਆ ਨਰਮਰਾ ਕਿਆ ਘਰ ਕੋ ਉੱਠੀ ਜਾਏ। ਨੀਂਦ ਆਉਣੀ ਇਹ ਵੀ ਮਾੜੇ ਕਰਮਾਂ ਦੀ ਨਿਸ਼ਾਨੀ ਹੈ, ਗੱਲਾਂ ਕਰਨੀਆਂ ਮਾੜੇ ਕਰਮਾਂ ਦੀ ਨਿਸ਼ਾਨੀ ਹੈ, ਤੇ ਸੰਗਤ ਵਿੱਚੋਂ ਉੱਠ ਕੇ ਘਰ ਨੂੰ ਤੁਰ ਜਾਣਾ ਇਹ ਵੀ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਚੰਗੇ ਭਾਗਾਂ ਦੀ ਨਿਸ਼ਾਨੀ ਕਦੋਂ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿ ਕੇ ਨੇਤਰੀ ਸਤਿਗੁਰ ਵੇਖਣਾ, ਜਦੋਂ ਅੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ 'ਚ ਲੱਦ ਕੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਦੋਂ ਅੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ 'ਚ ਲਾਦ ਗਏ ਤੇ ਕੰਨਾਂ ਨੂੰ ਸੁਣਨ 'ਚ ਲਾਦ ਗਏ ਤੇ ਬੁੱਧੀ ਨੂੰ ਵਿਚਾਰਨ 'ਚ ਲਾਦ ਗਏ ਤੇ ਫਿਰ ਨੇਤਰੀ ਸਤਿਗੁਰ ਵੇਖਣਾ, ਸਰਬਣੀ ਸੁਣਨਾ, ਗੁਰਨਾਉ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਆ ਟਾਉ। ਆਪਾਂ ਪੰਗਤੀ ਪੜ੍ਹੀ, ਤਿੰਨ ਬੰਦਿਆਂ ਦੀ ਖਾਤਰ ਗੁਸਾਈ ਜੀ ਜ਼ਿਕਰ ਕਰਦੇ ਆ ਵੀ ਜੇ ਮਾਂ ਨੇ ਪੁੱਤ ਨੂੰ ਜਨਮ ਦੇਣਾ ਨਾ, ਜਾਂ ਤਾਂ ਦੇਵੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਨੂੰ, ਭਗਤ ਵੀ ਪੂਰੇ, ਦਾਨੀ ਵੀ ਪੂਰੇ, ਸੂਰਮੇ ਵੀ ਪੂਰੇ, ਤਿੰਨ ਗੁਣ ਮੰਨੇ ਆ। ਭਗਤ ਬਾਣੀ ਚ ਧਰੂਮ ਤੇ ਪ੍ਰਹਲਾਦ ਨੂੰ ਮੰਨਿਆ। ਧਰੂਮ 5 ਸਾਲ ਦਾ ਹੋਣਾ, ਪ੍ਰਹਲਾਦ 7 ਸਾਲ ਦਾ ਹੋਣਾ। ਜੇ ਕਹਿੰਦੇ ਭਗਤੀ ਕਰਨੀ ਹੈ ਨਾ, ਨਾਮ ਜਪਣਾ, ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਜੇ ਤਾਂ ਭਗਤੀ ਕਰਨੀ ਹੈ ਧਰੂਮ ਤੇ ਪ੍ਰਹਲਾਦ ਵਾਂਗੂ ਕਰ, ਤੇ ਜੇ ਦਾਨੀ ਬਣਨਾ ਤਾਂ ਹਰੀਚੰਦ ਰਾਜੇ ਵਰਗਾ ਦਾਨੀ ਬਣ। ਹਰੀਚੰਦ ਪ੍ਰਥਮੀ ਪਤ ਰਾਜਾ, ਕਿੱਡਾ ਵੱਡਾ ਦਾਨੀ ਹੋਣਾ ਜਿਹੜਾ ਵਿਸ਼ਵਾਮਿੱਤਰ ਨੂੰ ਰਾਜ ਭਾਗ ਵੀ ਦਾਨ ਕਰ ਦੇਵੇ। ਜੇ ਦਾਨੀ ਬਣਨਾ ਹਰੀਚੰਦ ਰਾਜੇ ਵਰਗਾ ਬਣ, ਜਿਹਦੇ ਪੁੰਨ ਕੀਤੇ ਕਾਗਜ਼ਾਂ ਤੇ ਲਿਖੇ ਨਹੀਂ ਜਾ ਸਕਦੇ। ਤੇ ਜੇ ਸੂਰਮਾ ਬਣਨਾ, ਕਹਿਵੇ ਕੋ ਸੋਭਾ ਨਹੀਂ ਦੇਖਾ ਕੀ ਪ੍ਰਵਾਨ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ, ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਸਾਧ ਸੰਗਤ ਰੱਬ ਦੇ ਪਿਆਰਿਆਂ ਦਾ ਰਚਨਾ ਪਵਿੱਤਰ ਹੋ ਜਾਂਦੀ। ਬਾਣੀ ਦੀ ਪੰਕਤੀ ਹੈ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਚਨਾ। ਮੇਰਾ ਕਹਿਣ ਦਾ ਮਤਲਬ ਹੈ, ਰੱਬ ਦੇ ਪਿਆਰੇ ਦਾ ਨਾਂ ਲੈਣ ਦੇ ਨਾਲ ਜੀਭ ਪਵਿੱਤਰ ਹੁੰਦੀ ਹੈ। ਦੂਸਰੀ ਗੱਲ, ਇੱਕ ਤਾਂ ਰੱਬ ਗੁਰੂ ਦੀ ਡਿਊਟੀ ਲਾ ਕੇ ਭੇਜਦਾ, ਗੁਰੂ ਨਹੀਂ ਕੋਈ ਬਣ ਸਕਦਾ, ਭਾਵਾਂ ਦੀ ਕਰੋੜਾਂ ਬੰਦੇ ਮੱਥਾ ਟੇਕਣ ਲੱਗ ਜਾਣ, ਇੱਕ ਬੰਦੇ ਨੂੰ ਨਾ ਕਰੋੜਾਂ ਬੰਦੇ ਮੱਥਾ ਟੇਕਣ ਲੱਗ ਜਾਣ। ਜੇ ਜੁਗ ਚਾਰੇ ਆਰਜਾ ਖੋਰ ਦਸੂਣੀ ਹੋਏ, ਭਾਵਾਂ ਦੀ ਚਾਰਾਂ ਯੁੱਗਾਂ ਦੀ ਆਰਜੂ ਹੋਵੇ ਤੇ ਨਾਂ ਵੀ ਆਪਦਾ ਵਧੀਆ ਰਖਾ ਲੇ,
ਪਰ ਇੱਕ ਗੱਲ ਚੇਤੇ ਰੱਖਿਓ, ਪਰ ਉਹ ਗੁਰੂ ਨਹੀਂ ਬਣ ਸਕਦਾ। ਇਹਦਾ ਮਤਲਬ ਪਤਾ ਕੀ ਹੈ? ਗੁਰੂ ਦੀ ਡਿਊਟੀ ਦਰਗਾਹ ਚੋਂ ਲੱਗਦੀ। ਬਿਆਸ ਰਿਸ਼ੀ ਦਾ ਪੁੱਤ ਸੁਖਦੇਵ ਦੀ 24 ਸਾਲ ਦੀ ਤਪੱਛਿਆ, ਸ਼ਿਵ ਜੀ ਤੋਂ ਅਮਰ ਕਥਾ ਸੁਣੀ ਹੈ ਤੇ ਉਹਨੂੰ ਜਾਣ ਭਰ ਤਾਨੇ ਮਾਰਦੇ ਆ, ਕਹਿੰਦੇ ਵੀ ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਗੁਰੇ ਕਾਖ ਹੈ ਨੋ ਬੁਰਾ। ਕਹਿੰਦੇ ਵੀ ਰਿਸ਼ੀ ਦਾ ਤਪ ਬਹੁਤ ਆ, 24 ਸਾਲ ਦੀ ਤਪੱਛਾ, 12 ਸਾਲ ਮਾਂ ਦੇ ਗਰਭ ਚ ਵੀ ਰਿਹਾ, ਸ਼ਿਵ ਜੀ ਤੋਂ ਅਮਰ ਕਥਾ ਵੀ ਸੁਣੀ ਹੈ, ਪਰ ਨਗੁਰਾ ਹੈ, ਭਗਤੀ ਨਹੀਂ, ਗੁਰੂ ਵਾਲਾ ਨਹੀਂ ਹੈ। ਬਿਆਸ ਨੂੰ ਪੁੱਛਦਾ, ਕਹਿੰਦਾ ਪਿਤਾ ਜੀ ਤੁਸੀਂ ਵੇਦਾਂ ਦੇ ਭਗਤ ਹੋ, ਮੇਰੇ ਗੁਰੂ ਬਣ ਜਾਓ। ਕਹਿੰਦੇ ਮੇਰੀ ਦਰਗਾਹ ਚੋਂ ਡਿਊਟੀ ਨਹੀਂ ਲੱਗੀ। ਕਹਿੰਦਾ ਜੀ ਤੁਸੀਂ ਐਡੇ ਵੇਦਾਂ ਦੇ ਭਗਤ ਹੋ, ਤੇ ਨਹੀਂ ਤਾਂ ਮੈਂ ਦੇਖਿਆ ਵੀ 4 ਕੁ ਬੰਦੇ ਮੱਥਾ ਟੇਕਣ ਲੱਗ ਜਾਣ, ਆਪਦੇ ਆਪ ਨੂੰ ਬਣ ਕੇ ਹੀ ਬਹਿ ਜਾਂਦਾ ਵੀ ਮੈਂ ਪਤਾ ਨਹੀਂ ਕੀ ਬਣ ਗਿਆ। ਬਿਆਸ ਰਿਸ਼ੀ ਕਹਿੰਦਾ ਸੁਖਦੇਵ ਇਸ ਵੇਲੇ ਨਾ ਦਰਗਾਹ ਦੇ ਵਿੱਚੋਂ ਡਿਊਟੀ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਹਿੰਦੇ ਜੇ ਸ਼ਸ਼ ਬਣਨਾ ਚੇਲਾ ਬਣਨਾ ਨਾ ਤਾਂ ਮਹਾਰਾਜੇ ਜਨਕ ਕੋਲੇ ਚਲਿਆ ਜਾ। ਤਾਂਹੀਓ ਮਹਾਰਾਜ ਸਿੱਧਾਂ ਨੂੰ ਕਹਿੰਦੇ ਸਿੱਧੋ ਜਿਹੜਾ ਗੁਰੂ ਹੈ ਕਿਸੇ ਦਾ ਬਣਾਇਆ ਨਹੀਂ ਬਣਦਾ। ਕਹਿੰਦੇ ਗੁਰੂ ਕਿਸੇ ਦਾ ਥਾਪਿਆ ਨਹੀਂ ਥਾਪਿਆ ਜਾਂਦਾ। ਜੇ ਜੁਗ ਚੇ ਜੇ ਜੁਗ ਚਾਰੇ ਆਰਜਾ ਖੋਰ ਦਸੂਣੀ ਹੋਏ, ਨਵਾਂ ਖੰਡ ਪਰ ਜਾਣੀਆਂ ਨਾਲ ਚੱਲਿਆ ਸਭ ਕੋਈ, ਚੰਗਾ ਨੌਰ ਖਾਏ ਕੇ ਜਸ ਕੀਰਤ ਜਗ ਲੇ, ਜੇ ਤਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ। ਕਹਿੰਦੇ ਭਾਵਾਂ ਦੀ 16 ਯੁੱਗਾਂ ਦੀ ਕੀ? ਕਹਿੰਦੇ ਭਾਵਾਂ ਦੀ ਉਦੋਂ ਵੀ ਚੌਗਣੀ ਆਪਦੀ ਉਮਰ ਕਰ ਲੇ, ਨੌ ਆਪਦਾ ਚੰਗਾ ਰਖਾ ਲੇ, ਪਰ ਜੇ ਰੱਬ ਦੀ ਨਿਗਾਹ ਚ ਨਾ ਆਇਆ ਕਿਸੇ ਨੇ ਦਰਗਾਹ ਚ ਬਾਤ ਨਹੀਂ ਪੁੱਛੇ। ਤਾਂ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਨਿਰੰਜਨ। ਕਹਿੰਦੇ ਜੋ ਵਾਹਿਗੁਰੂ ਕਾਲਖ ਤੋਂ ਰਹਿਤ ਹੈ। ਤੇ ਦੂਸਰੀ ਡਿਊਟੀ ਰੱਬ ਸੰਤਾਂ ਨੂੰ ਵੀ ਰੱਬ ਆਪ ਭੇਜਦਾ। ਕਈ ਵਾਰੀ ਸੰਤ ਦਾ ਨਾਂ ਲੈਣ ਦੇ ਨਾਲ ਨਾ ਕਈਆਂ ਨੂੰ ਐਲਰਜੀ ਹੁੰਦੀ ਹੈ। ਜਿਹੜਾ ਨਿੰਦਿਆ ਜੀ ਕਰੇ ਨਾ ਸੰਤਾਂ ਦੀ, ਕਹਿਣਗੇ ਬੜਾ ਪ੍ਰਚਾਰਕ ਹੈ। ਮੈਨੂੰ ਇਉਂ ਦੱਸੋ, ਪ੍ਰਚਾਰਕ ਨਿੰਦਿਆ ਕਰਦੇ ਹੁੰਦੇ ਆ? 1430 ਅੰਗ ਗੁਰੂ ਗ੍ਰੰਥ ਸਾਹਿਬ ਦਾ ਹੈ, ਮੈਨੂੰ ਇੱਕ ਥਾਂ ਦੱਸ ਦਿਓ ਵੀ ਸੰਤਾਂ ਦੀ ਨਿੰਦਿਆ ਕਰਨੀ ਕਿੱਥੇ ਕਿੰਨੀ ਕੁ ਚੰਗੀ ਦੱਸੀ ਹੈ। ਮਹਾਰਾਜ ਸਾਡੇ ਮੂੰਹ ਤੋਂ ਚਪੇੜ ਮਾਰਨਗੇ, ਕੀ ਕਹਿਣਗੇ? ਕਹਿੰਦੇ ਉਹ ਨਿੰਦਿਆ ਭਲੀ ਕਿਸੇ ਕੀ ਨਾ ਹੀ, ਨਿੰਦਿਆ ਤਾਂ ਚੰਡਾਲ ਦੀ ਵੀ ਮਾੜੀ ਹੈ, ਤੂੰ ਸੰਤਾਂ ਦੀ ਕਰਦਾ। ਨਿੰਦਿਆ ਤਾਂ ਚੰਡਾਲ ਦੀ ਵੀ ਮਾੜੀ, ਤੂੰ ਸੰਤਾਂ ਦੀ ਨਿੰਦਿਆ ਕਰੀ ਜਾਂਦਾ। ਨਿੰਦਿਆ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਰਹੋ ਵਿਚਾਰ। ਮੇਰਾ ਕਹਿਣ ਦਾ ਮਤਲਬ ਹੈ ਇਹੋ ਜਿਹੇ ਮਹਾਂਪੁਰਖਾਂ ਨੂੰ ਸਾਧ ਸੰਗਤ ਰੱਬ ਡਿਊਟੀ ਲਾ ਕੇ ਭੇਜਦਾ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕੋਲੇ ਨਾ ਸੇਖੇ ਦੀ ਸੰਗਤ ਜਾ ਵੜੀ। ਸੇਖੇ ਪਿੰਡ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸਰਾਪ ਦਿੱਤਾ ਸੀ, ਉੱਥੋਂ ਦਾ ਤਲੋਕਾ ਸੀ, ਬਾਹੀਆਂ ਪਿੰਡਾਂ ਦਾ ਮਾਲਕ। ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲੇ ਆਇਆ ਨਾ, ਕੋਲ ਦੀ ਲੰਘਿਆ ਤੇ ਮਹਾਰਾਜ ਕਹਿੰਦੇ ਜਵੰਦੇ ਅਕਲ ਦੇ ਅੰਧੇ, ਨਾ ਬਾਹੀਆ ਨਾ ਤੇਈਆ, ਹੋਸੀ ਖਈਆ। ਤੇ ਜਦੋਂ ਉਹਨੂੰ ਇਹ ਬਚਨ ਕਰਤਾ ਨਾ ਤਲੋਕੇ ਨੂੰ, ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਿੱਖ ਤੋਂ ਹੰਡਿਆਏ ਜਾਵੜੇ, ਤਲੋਕੇ ਦੀ ਭੈਣ ਦੁੱਧ ਲੈ ਕੇ ਜਾਵੜੀ। ਜਦੋਂ ਦੁੱਧ ਪਿਲਾਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ, ਕਹਿਣ ਲੱਗੀ ਮਹਾਰਾਜ ਜੀ ਮੇਰਾ ਭਰਾ ਤੁਹਾਡੇ ਕੋਲੇ ਨਹੀਂ ਸੀ ਆਇਆ, ਤੁਸੀਂ ਤਾਂ ਆਹ ਬਚਨ ਕਰਤੇ। ਮਹਾਰਾਜ ਕਹਿੰਦੇ ਇੱਥੇ ਪੌਣੇ ਅੱਗੇ ਚੌਣੇ, ਜੇ ਇੱਥੋਂ ਛੱਡ ਕੇ ਚਲੇ ਜਾਵੋਗੇ ਨਾ ਤੇ ਫੇਰ ਭਾਗ ਲੱਗ ਜਾਣਗੇ, ਇੱਥੇ ਰੁਪਈਏ ਚੋਂ 12 ਆਨੇ ਰਹਿ ਜਾਓਗੇ। ਸਮਾਂ ਲੱਗਿਆ ਤੇ ਪਿੰਡ ਨੂੰ ਝੋਰਾ ਲੱਗ ਗਿਆ,
ਜਿਹੜੇ ਪਿੰਡ ਦੇ ਵਿੱਚ ਕੁਝ ਪਰਪਕਾਰ ਕੀਤਾ ਹੋਵੇ ਨਾ ਤੇ ਪਿੰਡ ਤੋਂ ਸਾਂਭਿਆ ਨਾ ਜਾਵੇ, ਸਮਾਂ ਪਿੰਡ ਨੂੰ ਝੋਰਾ ਲੱਗ ਜਾਂਦਾ। ਜੇ ਨਗਰ ਤੋਂ ਨਾ ਸਮਾਂ ਸਾਂਭਿਆ ਨਾ ਜਾਵੇ ਤੇ ਮਗਰੋਂ ਨਗਰ ਦੇ ਪੱਲੇ ਝੋਰਾ ਹੀ ਰਹਿ ਜਾਂਦਾ ਵੀ ਯਾਰ ਸਾਡੇ ਪਿੰਡ 'ਚ ਨਾ ਐਡੀ ਮਹਾਨ ਆਸਤੀ ਹੋਈ, ਸਾਥੋਂ ਲਾਹਾ ਨਹੀਂ ਲਿਆ ਗਿਆ, ਸਾਡੇ ਨਗਰ ਦੇ ਵਿੱਚ ਐਡੇ ਭਾਗ ਲੱਗੇ ਤੇ ਅਸੀਂ ਐਵੇਂ ਖੁੰਡਾਂ 'ਤੇ ਬੈਠੇ ਰਹਿ ਗਏ। ਸਾਡੇ ਨਗਰ ਨੂੰ ਇੰਨੀ ਮਹਾਰਾਜ ਨੇ ਦਾਤ ਦਿੱਤੀ ਤੇ ਸਾਡੇ ਨਗਰ ਤੋਂ ਲਾਹਾ ਨਹੀਂ ਲਿਆ ਗਿਆ, ਸਿੱਖ ਨਗਰ ਨੂੰ ਝੋਰਾ ਲੱਗ ਗਿਆ। ਬਈ ਆਪਣੇ ਪਿੰਡ 'ਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਏ, ਜਿਵੇਂ ਆਪਣੇ ਨਗਰ 'ਚ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਂ ਬਚਨ ਕਰਿਆ ਕਰਦੇ ਬਾਬਾ ਈਸ਼ਵਰ ਸਿੰਘ ਜੀ ਨਾਨਕ ਸਾਹਿਬ ਵਾਲੇ, ਉਹਨਾਂ ਨੇ ਬਚਨ ਕੀ ਕਰਨਾ? ਕਹਿੰਦੇ ਭਾਈ ਤਿੰਨ ਤੁਰਾਂ ਦੇ ਪੁੱਤ ਹੁੰਦੇ ਆ, ਇੱਕ ਪੁੱਤ ਹੁੰਦਾ, ਇੱਕ ਪੁੱਤ ਹੁੰਦਾ, ਇੱਕ ਸਪੁੱਤ ਹੁੰਦਾ। ਕਹਿੰਦੇ ਤਿੰਨ ਤਰ੍ਹਾਂ ਦੇ ਪੁੱਤ ਹੁੰਦੇ ਆ ਤੇ ਕਹਿੰਦੇ ਵੀ ਅਸੀਂ ਬਾਬਾ ਆਨੰਦ ਸਿੰਘ ਜੀ ਦਾ ਸਪੁੱਤ ਬਣ। ਇਹਦਾ ਮਤਲਬ ਪਤਾ ਕੀ ਹੈ ਵੀ ਸਪੁੱਤ ਕਿਵੇਂ? ਕਹਿੰਦੇ ਅਸੀਂ ਬਾਬਾ ਆਨੰਦ ਸਿੰਘ ਜੀ ਦੇ ਨਾ ਕੀਤੀ ਕਮਾਈ ਨੂੰ ਚਾਰ ਚੰਨ ਲਾ ਕੇ ਦਿਖਾ ਦਈਏ। ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਟਕਸਾਲ ਦੀ ਕੀਤੀ ਕਮਾਈ ਨੂੰ ਭਾਵਾਂ ਦੀ ਸਾਧ ਸੰਗਤ ਬਾਬਾ ਦੀਪ ਸਿੰਘ ਜੀ ਨੂੰ ਕੌਣ ਭੁੱਲਿਆ? ਸੰਤ ਬਾਬਾ ਬਿਸ਼ਨ ਸਿੰਘ, ਸੰਤ ਬਾਬਾ ਸੁੰਦਰ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ, ਸੰਤ ਬਾਬਾ ਕਰਤਾਰ ਸਿੰਘ ਜੀ, ਇਹਨਾਂ ਨੂੰ ਕੋਈ ਭੁੱਲਿਆ ਨਹੀਂ? ਕਹਿਣਗੇ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ। ਇਹ ਨਹੀਂ ਕਿਸੇ ਨੇ ਕਹਿਣਾ ਵੀ ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਕੀ ਕਹਿਣਗੇ? ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ। ਜਿੱਥੇ ਮਰਜ਼ੀ ਦੁਨੀਆਂ ਤੇ ਵਰਲਡ ਤੇ ਜਾ ਕੇ ਪੁੱਛ ਕੇ ਦੇਖ ਲਓ, ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਦੇਣ ਹੈ। ਇਸੇ ਕਰਕੇ ਸਾਧ ਸੰਗਤ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਚਾਰ ਚੰਨ ਲਾ ਕੇ ਸਪੁੱਤ ਬਣ ਕੇ ਦਿਖਾਤਾ। ਇਸੇ ਕਰਕੇ ਸਾਧ ਸੰਗਤ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਹੋਇਆ। ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਹੋਇਆ, ਉਹਦਾ ਵਜ਼ੀਰ ਸੀ ਹਰਜੀ। ਉਹ ਇੱਕ ਦਿਨ ਰਾਜੇ ਬੈਠੇ ਆ ਅੰਦਰ ਮੀਟਿੰਗ ਕਰ, ਜਿਵੇਂ ਇਕੱਠੇ ਹੋ ਕੇ ਪੜ੍ਹੇ ਲਿਖੇ ਕਹਿੰਦੇ ਮੀਟਿੰਗ ਕਰਦੇ ਆ। ਉਹ ਵਜ਼ੀਰ ਕਹਿੰਦਾ ਨਾਹਣ ਦੇ ਰਾਜੇ ਨੂੰ, ਕਹਿੰਦਾ ਜੀ ਆਪਣਾ ਰਾਜ ਚੱਲਿਆ ਜਾਣਾ, ਜਿਹੜਾ ਰਿਆਸਤ ਕਿਵੇਂ ਚਲੀ ਜਾਣੀ ਹੈ? ਉਹ ਕਹਿੰਦਾ ਰਿਆਸਤ ਆਪਣੀ ਤਾਂ ਚਲੀ ਜਾਣੀ ਹੈ, ਗੜਵਾਲ ਗਏ ਰਾਜੇ ਦੇ ਘਰੇ, ਰਾਜੇ ਭੀਮ ਚੰਦ ਨੇ ਆਪਦੇ ਪੁੱਤ ਦੀ ਮੰਗਣੀ ਕਰਤੀ ਅਜਮੇਰ ਦੀ। ਰਾਜੇ ਭੀਮ ਚੰਦ ਦਾ ਪੁੱਤ ਸੀ ਅਜਮੇਰ, ਉਹਨੇ ਕਰਤੀ ਮੰਗਣੀ ਤੇ ਗੜਵਾਲ ਗਏ ਰਾਜੇ ਦੀ ਬਣ ਜਾਣੀ ਆ ਤਾਕਤ 22 ਧਾਰ ਦੇ ਰਾਜਿਆਂ ਚ। ਤੇ ਜਦੋਂ ਫਿਰ ਨਾ ਰਾਜਾ ਭੀਮ ਚੰਦ ਆਪਦੇ ਪੁੱਤ ਨੂੰ ਵਿਆਹ ਕੇ ਲਿਜਾਊ ਗੜਵਾਲ, ਤੇ ਇਹਦੀ ਤਾਕਤ ਬਣ ਜਾਣੀ ਆ, ਤੇ ਇਹਨਾਂ ਨੇ ਫਿਰ ਆਪਣਾ ਨਾ ਧੱਕੇ ਨਾ ਆਪਣੀ ਰਿਆਸਤ ਰੋਕ ਲੈਣੀ ਹੈ। ਪੜਿਆ ਕਰਦੇ ਗੱਜ ਵੱਜ ਕੇ ਬੋਲਿਓ, ਉਹ ਭੁੱਖ ਅੱਗ ਦੀ ਕਦੇ ਨਾ ਲੈਂਦੀ, ਰਾਜੇ ਨਾ ਕਰਦੇ ਰਾਜ ਦੇ ਰਾਜਕਾਰ, ਭੁੱਖ ਅੱਗ ਦੀ ਕਦੇ ਨਾ ਲੈ ਰਾਜੇ ਨਾ ਰਾਜ ਦੇ ਰਾਜਕਾਰ।
ਰਾਜੇ ਰਾਜ ਕਰਕੇ ਨੀ ਰੱਜਦੇ ਤੇ ਅੱਗ ਬਾਲਣ ਨਾਲ ਨੀ ਰੱਜਦੀ, ਟਿੱਬੇ ਮੀਂਹ ਨਾਲ ਨੀ ਰੱਜਦੇ। ਉਹ ਰਾਜਾ ਪੁੱਛਦਾ ਵੀ ਆਪਣੀ ਰਿਆਸਤ ਕਿਵੇਂ ਰਹਿ ਸਕਦੀ ਹੈ, ਆਪਾਂ ਫੌਜ ਵਧਾ ਲੈਂਦੇ ਹਾਂ। ਕਹਿੰਦੇ ਫੇਰ ਵੀ ਨਹੀਂ ਰਹਿਣੀ। ਕਹਿੰਦਾ ਵੀ ਫਿਰ ਇਉਂ ਦੱਸ ਵੀ ਆਪਣੀ ਰਿਆਸਤ ਰਹੂ ਕਿਵੇਂ, ਆਪਣਾ ਰਾਜ। ਤੇ ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹ ਕਹਿੰਦਾ ਵੀ ਰਾਜ ਆਪਣਾ ਰਿਆਸਤ ਤਾਂ ਰਹਿ ਸਕਦੀ ਹੈ ਕੋਈ ਇਹੋ ਜਿਹਾ ਸੰਤ ਲੱਭ ਜਿਹਦਾ ਕਿਹਾ ਵਿਆ ਦਰਗਾਹ ਦੇ ਵਿੱਚ ਕੰਮ ਕਰਦਾ ਹੋਵੇ, ਜਿਸ ਕਾ ਕਿਹਾ ਦਰਗਾਹ ਚੱਲੇ। ਉਹ ਸੋਚੀ ਪੈ ਗਿਆ ਜਿਵੇਂ ਹੁਣ ਆਪਾਂ ਦੇਖੀਏ ਬਈ ਇਹੋ ਜਿਹਾ ਕੌਣ ਆ ਜਿਹਦਾ ਕਿਹਾ ਵਿਆ ਦਰਗਾਹ ਦੇ ਵਿੱਚ ਕੰਮ ਕਰਦਾ। ਸੰਤ ਬਾਬਾ ਜਰਨੈਲ ਸਿੰਘ ਜੀ, ਸਿੰਘ ਸਾਹਿਬਾਨ, ਸਾਹ ਸਿੰਘ ਜਥੇਦਾਰ ਆਪ ਬਚਨ ਕਰਿਆ ਕਰਦੇ। ਕਹਿੰਦੇ ਵੀ ਸੰਤ 101 ਪਾਠ ਜਪ ਜੀ ਸਾਹਿਬ ਦਾ ਕਰਦੇ ਸੀ। ਆਪਾਂ ਇੱਕ ਮਸਾ ਇੱਕ ਕਰਦੇ ਹਾਂ, ਆਪਾਂ ਇੱਕ ਪਾਠ ਮਸਾ ਕਰਦੇ ਹਾਂ ਤੇ ਸੰਤ ਲਾਲੋ ਸਾਹਿਬ ਵੀ 101 ਪਾਠ ਜਪ ਜੀ ਸਾਹਿਬ ਦਾ। ਸਿੰਘ ਸਾਹਿਬਾਨ ਜਸਵੀਰ ਸਿੰਘ ਜੀ ਰੋਡੇ ਉਹ ਬਚਨ ਕਰਨ। ਕਹਿੰਦੇ ਵੀ ਜਿੱਦੇ ਸੰਤਾਂ ਦੀ ਸ਼ਾਦੀ ਸੀ ਉਦੋਂ ਵੀ 101 ਪਾਠ ਕੀਤਾ ਜਪਜੀ ਸਾਹਿਬ ਦਾ। ਕਿੰਨੀ ਕਮਾਈ ਹੋਣੀ ਹੈ, ਇਹਨੂੰ ਨੀਤੀ ਵਾਲਾ ਕਹਿੰਦਾ। ਕਹਿੰਦਾ ਸੰਤ ਨਦੀ ਔਰ ਮੇਘਲਾ ਚਲਾ ਭਿਅੰਗ ਵਿਚਾਲ, ਰਾਜਵਾਲ ਜੈ ਜੈ ਪੱਗ ਧਰੈ ਤੈ ਤੈ ਖੋਤ ਨਿਹਾਲ। ਇਹੋ ਜਿਹੇ ਸੰਤ ਜਿੱਥੇ ਜਾ ਵੜਨ ਉੱਥੇ ਹੀ ਭਾਗ ਲਾ ਸਕਦੇ ਆ। ਸੰਤ ਕਾਹਦੇ ਵਾਸਤੇ ਆਉਂਦਾ? ਸੰਤ ਦੁਨੀਆਂ ਦੇ ਉੱਤੇ ਪਰਉਪਕਾਰ ਵਾਸਤੇ ਆਉਂਦਾ। ਇਸ ਕਰਕੇ ਸਾਧ ਸੰਗਤ ਨਾਹਣ ਦਾ ਰਾਜਾ ਕਹਿੰਦਾ ਵੀ ਇਉਂ ਦੱਸ ਉਹ ਕਿਹੜਾ ਜਿਹਦਾ ਕਿਹਾ ਵਿਆ ਦਰਗਾਹ ਦੇ ਵਿੱਚ ਕੰਮ ਕਰਦਾ। ਹੁਣ ਵਜ਼ੀਰ ਸੋਚੀ ਪੈ ਗਿਆ ਬਈ ਇਹੋ ਜਿਹਾ ਸੰਤ ਕਿਹੜਾ ਜਿਹਦਾ ਕਿਹਾ ਵਿਆ ਦਰਗਾਹ ਦੇ ਵਿੱਚ ਕੰਮ ਕਰਦਾ ਹੋਵੇ। ਤੇ ਕਿਸੇ ਨੇ ਕਿਹਾ ਵੀ ਇਉਂ ਹੈ ਜਿੱਧਰੋਂ ਨਾ ਜਮਣਾ ਦਾ ਪਾਣੀ ਆਉਂਦਾ ਇੱਧਰ ਇੱਕ ਕਲਸੀ ਦਾ ਰਖੀ ਰਹਿੰਦਾ ਹੈ, ਉਹਨੂੰ ਬੜਾ ਚਿਰ ਹੋ ਗਿਆ ਜਪ ਤਪ ਕਰਦੇ ਨੂੰ, ਉਹਨੇ ਪੱਥਰ ਘਸਾਇਆ ਪਿਆ ਬੜਾ ਜਪ ਤਪ ਕੀਤਾ। ਹੁਣ ਨਾਹਣ ਦਾ ਰਾਜਾ ਨਾਲ ਦੇ ਸਾਥੀਆਂ ਨੂੰ ਨੌਕਰਾਂ ਚਾਕਰਾਂ ਨੂੰ ਵਜ਼ੀਰਾਂ ਨੂੰ ਲੈ ਕੇ ਨਾ ਸੰਤਾਂ ਕੋਲੇ ਜਾਂਦਾ। ਤੇ ਜਦੋਂ ਕਲਸੀ ਦੇ ਰਿਖੀ ਕੋਲੇ ਗਿਆ ਤੇ ਕਲਸੀ ਦਾ ਰਿਖੀ ਉੱਠ ਕੇ ਖੜਾ ਹੋ ਗਿਆ। ਨਾਨ ਦਾ ਰਾਜਾ ਪੁੱਛਦਾ ਸੰਤ ਜੀ ਮੈਂ ਤਾਂ ਤੁਹਾਡੀ ਸ਼ਰਨ 'ਚ ਆਇਆ ਸੀ, ਮੈਂ ਤੁਹਾਡੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਇਆ, ਮੈਂ ਤਾਂ ਇਉਂ ਚਾਹੁੰਦਾ ਸੀ ਵੀ ਮੇਰੀ ਰਿਆਸਤ ਬਣੀ ਰਹੇ ਤੇ ਤੁਸੀਂ ਕੋਈ ਬਚਨ ਕਰੋ। ਤੇ ਕਲਸੀ ਦੇ ਰੀਖੇ ਦੇ ਅੱਖਾਂ 'ਚੋਂ ਪਾਣੀ ਆ ਗਿਆ। ਕਹਿੰਦਾ ਵੀ ਸੱਚੀ ਗੱਲ ਤੈਨੂੰ ਦੱਸਾਂ, ਜਪ ਤਪ ਬਹੁਤ ਕੀਏ ਮੇਰੇ ਭਾਈ ਤੋਂ ਮੇਰਾ ਮਨ ਸ਼ਾਂਤ ਨਾ ਆਈ। ਕਹਿੰਦਾ ਮੈਂ ਪੱਥਰ ਘਸਾਤਾ ਪਰ ਹਜੇ ਮੇਰਾ ਕਿਹਾ ਵਿਆ ਦਰਗਾਹ 'ਚ ਕੰਮ ਨਹੀਂ ਕਰਦਾ। ਮੈਂ ਇੰਨਾ ਜਪ ਤਪ ਕੀਤਾ ਮੇਰਾ ਕਿਹਾ ਵਿਆ ਦਰਗਾਹ 'ਚ ਕੰਮ ਨਹੀਂ ਕਰਦਾ। ਉਹਨੂੰ ਪੁੱਛਿਆ ਵੀ ਇਉਂ ਦੱਸੋ ਕੌਣ ਹੈ ਜਿਹਦਾ ਕਿਹਾ ਵਿਆ ਦਰਗਾਹ 'ਚ ਕੰਮ ਕਰਦਾ, ਹੈ ਕੋਈ? ਕਲਸੀ ਦੇ ਰਿਖੀ ਦੇ ਨਾ ਅੱਖਾਂ 'ਚੋਂ ਪਾਣੀ ਆ ਗਿਆ। ਉਹ ਕਹਿੰਦੇ ਵੀ ਇਹਦਾ ਮਤਲਬ ਕੀ ਹੈ?
ਤੇਰੇ ਨੇਤਰਾਂ ਚੋਂ ਪਾਣੀ ਆ ਗਿਆ, ਤੂੰ ਦੱਸਦਾ ਹੀ ਕਹਿੰਦਾ ਤੈਨੂੰ ਦੇਖ ਕੇ ਤਾਂ ਮੈਂ ਤਾਂ ਖੜਾ ਹੋ ਗਿਆ। ਭਗਵਾਨ ਕ੍ਰਿਸ਼ਨ ਗੀਤਾ ਚ ਕਹਿੰਦੇ ਵੀ ਰਾਜੇ ਚ ਮੈਂ ਹੂੰ, ਮੈਂ ਤਾਂ ਤੈਨੂੰ ਦੇਖ ਕੇ ਖੜਾ ਹੋਇਆ ਬਈ ਖਮਣੀ ਭਗਵਾਨ ਕ੍ਰਿਸ਼ਨ ਮੈਨੂੰ ਰਾਜੇ ਦੇ ਰੂਪ ਚ ਦਰਸ਼ਨ ਦੇਣਾ, ਮੈਨੂੰ ਤਾਂ ਆਪਦੇ ਇਸ਼ਟ ਦੇਵ ਦੇ ਦਰਸ਼ਨ ਨਹੀਂ ਹੋਏ ਅਜੇ ਤੱਕ, ਮੈਂ ਤਾਂ ਮੈਨੂੰ ਇਉਂ ਦੱਸ ਬਈ ਤੈਨੂੰ ਆਸ਼ੀਰਵਾਦ ਦੇਣ ਵਾਲਾ ਨਾ ਕੋਈ, ਉਹ ਭਾਲ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ, ਉਹ ਜਬਿੰਦੇ ਵਿਛੜਾ ਉਹ ਮੋਇਆ ਨਾ ਜਾਈ ਛੋੜ। ਉਹ ਕਹਿੰਦਾ ਜੀ ਉਹ ਕੌਣ ਹੈ? ਉਹ ਕਹਿੰਦਾ ਵੀ ਦੁਨੀਆਂ ਦੇ ਉੱਤੇ ਨਾ ਕੋਈ ਵੱਡਾ ਅਵਤਾਰ ਆਇਆ ਹੋਇਆ। ਹੁਣ ਨਾਹਣ ਦਾ ਰਾਜਾ ਪੁੱਛਦਾ, ਉਸ ਵੇਲੇ ਰਾਮ ਰਾਜ ਦੇਹਰਾਦੂਨ ਚ ਰਹਿੰਦਾ ਸੀ ਤੇ ਪੀਰ ਬੁੱਧੂ ਸ਼ਾਹ ਦੀ ਵੀ ਬੜੀ ਵਡਿਆਈ ਸੀ, 700-700 ਮਰੀਦ ਲੈ ਕੇ ਪੀਰ ਬੁੱਧੂ ਸ਼ਾਹ ਤੁਰਦਾ ਸੀ। ਪੀਰ ਬੁੱਧੂ ਸ਼ਾਹ ਨਾ 700-700 ਮਰੀਦ ਜਿਹਨੇ ਦਸਵੇਂ ਪਾਤਸ਼ਾਹ ਦੇ ਭਗਾਣੀ ਦੇ ਯੁੱਧ ਚ ਦਸਵੇਂ ਪਾਤਸ਼ਾਹ ਦੀ ਖਾਤਰ ਆਪਦੇ ਦੋ ਪੁੱਤ ਸ਼ਹੀਦ ਕਰਾਏ ਪੀਰ ਬੁੱਧੂ ਸ਼ਾਹ ਨੇ, 335 ਮਰੀਦ ਸ਼ਹੀਦ ਕਰਾਇਆ ਭਗਾਣੀ ਦੇ ਯੁੱਧ ਚ। ਉਹ ਪੀਰ ਬੁੱਧੂ ਸ਼ਾਹ ਨੂੰ ਵੀ ਲੋਕ ਕਿਉਂ ਮੰਨਦੇ ਸੀ ਵੀ ਹੈਗਾ? ਨਾਹਣ ਦਾ ਰਾਜਾ ਪੁੱਛਦਾ, ਕਹਿੰਦਾ ਜੀ ਦੇਹਰਾਦੂਨ ਦੇ ਵਿੱਚ ਰਾਮ ਰਾਏ, ਉਹ ਕਹਿੰਦਾ ਉਹ ਅਵਤਾਰ ਥੋੜੋ ਆ, ਗੁਰੂ ਥੋੜੋ ਆ, ਉਹਨੂੰ ਤਾਂ ਮੁੜ ਕੇ ਸੱਤਵੇਂ ਪਾਤਸ਼ਾਹ ਨੇ ਮੱਥੇ ਨਹੀਂ ਲਾਇਆ, ਬਾਣੀ ਦੀ ਪੰਕਤੀ ਬਦਲੀ ਹੈ। ਕਹਿੰਦਾ ਪੀਰ ਬੁੱਧੂ ਸ਼ਾਹ ਕਹਿੰਦੇ ਉਹ ਅਵਤਾਰ ਥੋੜੋ ਹੈ, ਉਹ ਤਾਂ ਇੱਕ ਫਕੀਰ ਹੈ। ਕਹਿੰਦਾ ਜੀ ਫਿਰ ਨਿਸ਼ਾਨੀ ਦੱਸੋ। ਕਹਿੰਦਾ ਵੀ ਦੁਨੀਆਂ ਦੇ ਉੱਤੇ ਵੱਡਾ ਅਵਤਾਰ ਆਇਆ ਪਿਆ ਤੇ ਪਰ ਸੱਚੀ ਗੱਲ ਤੈਨੂੰ ਮੈਂ ਦੱਸਾਂ ਵੀ ਮੈਨੂੰ ਵੀ ਨਹੀਂ ਅਜੇ ਪਤਾ ਵੀ ਹੈ ਕਿੱਥੇ। ਉਹ ਸੋਚੀ ਪੈ ਗਿਆ ਵੀ ਹੈ ਕਿੱਥੇ, ਹੁਣ ਕਿਤੇ ਕਿੱਧਰ ਪੁੱਛਦੇ ਆ ਕਿਤੇ ਕਿੱਧਰ, ਤੇ ਕਲਸੀ ਦੇ ਰਿਖੀ ਦੇ ਅੰਦਰ ਝੋਰਾ ਲੱਗ ਗਿਆ। ਕਲਸੀ ਦਾ ਰਿਖੀ ਜਦੋਂ ਇਕੱਲਾ ਬੈਠਿਆ ਕਰੇ ਨਾ ਤਾਂ ਰੋਣ ਲੱਗ ਜਾ ਕਰੇ। ਇੱਕ ਗੱਲ ਚੇਤੇ ਰੱਖਿਓ, ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੰਗਤ ਕੀਤੀ ਆ ਨਾ, ਉਹ ਕਿਤੇ ਇਕੱਲੇ ਬਹਿੰਦੇ ਆ ਜਦੋਂ, ਉਦੋਂ ਉਹਨਾਂ ਨੂੰ ਵੀ ਝੋਰਾ ਲੱਗਦਾ, ਅੱਖਾਂ 'ਚ ਪਾਣੀ ਆਉਂਦਾ। ਇਹ ਚੇਤੇ ਰੱਖਿਓ ਕਦੇ ਬਈ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਜਾਂ ਨਾਲ ਰਹੇ ਆ ਉਹਨਾਂ ਦੇ ਗੁਣ ਦੇਖ ਕੇ ਨਾ ਬੰਦੇ ਨੂੰ ਝੋਰਾ ਲੱਗ ਜਾਂਦਾ ਵੀ ਮਨਾ ਉਹ ਕਿੱਡੀ ਹਸਤੀ ਸੀ, ਮੈਥੋਂ ਲਾਹੀ ਨਹੀਂ ਲਿਆ ਗਿਆ, ਕਿੱਡੀ ਤਾਕਤ ਸੀ। ਇਸੇ ਤਰ੍ਹਾਂ ਕਲਸੀ ਦੇ ਰਿਖੀ ਨੂੰ ਝੋਰਾ ਲੱਗ ਗਿਆ, ਉਹਦਾ ਚੇਲਾ ਸੀ ਚਾਂਦੋ। ਚਾਂਦੋ ਕਲਸੀ ਦੇ ਰਿਖੀ ਨੂੰ ਪੁੱਛਦਾ, ਕਹਿੰਦਾ ਰਿਖੀ ਜੀ ਰੋਨਾ ਤੂੰ ਕਿਉਂ ਹੈ? ਕਹਿੰਦਾ ਵੀ ਸੱਚੀ ਗੱਲ ਤੈਨੂੰ ਦੱਸਾਂ, ਮੈਨੂੰ ਰੋਣ ਤਾਂ ਆਉਂਦਾ ਦੁਨੀਆਂ ਤੇ ਵੱਡਾ ਅਵਤਾਰ ਆਇਆ ਪਿਆ ਤੇ ਮੈਨੂੰ ਲੱਗਦਾ ਨਾ ਮੇਰੀ ਹਾਲਤ ਉਹ ਹੋ ਗਈ ਜਿਹਨੂੰ ਭਗਤ ਫਰੀਦ ਜੀ ਪੜ੍ਹਿਆ ਕਰਦੇ, ਉਹ ਤਣ ਤਾਂ ਸੁੱਕ ਕੇ ਖੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨੀ ਰੱਬ ਬਹੁੜਿਆ, ਤਣ ਸੁੱਕ ਕੇ ਖੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬਹੁੜਿਆ।
ਬਿਨਾ ਰੱਬ ਬੋੜਿਆ ਤਨ ਸੁੱਕ ਕੇ ਗੱਟਾਂ ਦੀ ਮੁੱਠੀ ਹੋ ਗਿਆ ਅਜੇ ਬਿਨਾ ਰੱਬ ਬੋੜਿਆ ਚਾਂਦੋ ਤੇਰੇ ਤੇ ਮੈਂ ਬੜਾ ਖੁਸ਼ ਹਾਂ ਤੂੰ ਮੇਰੀ ਸੇਵਾ ਕਰਦਾ ਪਰ ਮੇਰੇ ਨੇਤਰਾਂ ਚੋਂ ਪਾਣੀ ਤਾਂ ਵਗਦਾ ਦੁਨੀਆਂ ਦੇ ਉੱਤੇ ਵੱਡਾ ਅਵਤਾਰ ਆਇਆ ਪਿਆ ਤੇ ਮੈਨੂੰ ਇਉਂ ਲੱਗਦਾ ਵੀ ਮੇਰੇ ਭਾਗਾਂ ਚ ਦਰਸ਼ਨ ਨਹੀਂ ਹੈ। ਉਹ ਪੁੱਛਦਾ ਜੀ ਹੈ ਕਿੱਥੇ? ਕਹਿੰਦਾ ਮੈਨੂੰ ਵੀ ਨਹੀਂ ਪਤਾ। ਕਹਿੰਦਾ ਫਿਰ ਮੈਨੂੰ ਨਿਸ਼ਾਨੀ ਦੱਸ। ਹੁਣ ਆਪਦੇ ਚੇਲੇ ਨੂੰ ਸਾਧ ਸੰਗਤ ਕਲਸੀ ਦਾ ਰਿਖੀ ਚਾਂਦੋ ਨਿਸ਼ਾਨੀ ਦੱਸਦਾ, ਕਹਿੰਦਾ ਵੀ ਆਹ ਨਿਸ਼ਾਨੀ ਆ, ਉਹਨਾਂ ਦੀ ਪੜ੍ਹਿਆ ਕਰਦੇ। ਇਹ ਨਿਸ਼ਾਨੀ ਸੰਤਾਂ ਦੀ, ਇਹ ਨਿਸ਼ਾਨੀ ਸੰਤਾਂ ਦੀ, ਦਰਿਆ ਜੀ ਨਿਸ਼ਾਨੀ ਸੰਤਾਂ ਦੀ, ਭੇਟ ਦਰਿਆ ਜੀ ਨਿਸ਼ਾਨੀ ਸੰਤਾਂ ਦੀ, ਓ ਭੇਟ ਦਰਿਆ ਜੀ ਨਿਸ਼ਾਨੀ ਸੰਤਾਂ ਦੀ, ਨਿਸ਼ਾਨੀ ਸੰਤਾਂ ਦੀ। ਇਹ ਨਿਸ਼ਾਨੀ ਸਾਧ ਕੀ ਜਤ ਭੇਟਤ, ਕਿਹੜੀ ਆ ਸੰਤਾਂ ਦੀ ਨਿਸ਼ਾਨੀ? ਸੰਤਾਂ ਦੀ ਨਿਸ਼ਾਨੀ ਇਹ ਹੈ ਜਦੋਂ ਆਪਾਂ ਦਰਸ਼ਨ ਕਰੀਏ ਮਨ ਗਦਗਦ ਹੋ ਜਾਂਦਾ ਹੈ। ਮਾੜੇ ਬੰਦੇ ਦੀ ਕੀ ਨਿਸ਼ਾਨੀ ਹੈ? ਮਾੜੇ ਬੰਦੇ ਦੀ ਨਿਸ਼ਾਨੀ ਇਹ ਆ ਏਕ ਮਿਲਤ ਦਾਰਨ ਦੁੱਖ ਦੇਈ। ਮਾੜਾ ਬੰਦਾ ਮਿਲ ਜੇ
ਤੇ ਉਹਦੀ ਨਿੰਦਿਆ ਕਰਤੀ, ਉਹਦੀ ਨਿੰਦਿਆ ਕਰਕੇ ਮਨ ਨੂੰ ਅੱਗ ਲਾ ਕੇ ਲੰਘ ਜੂਗਾ। ਇਹ ਮਾੜੇ ਬੰਦੇ ਦੀ ਨਿਸ਼ਾਨੀ ਹੈ। ਸੰਤਾਂ ਦੀ ਕੀ ਨਿਸ਼ਾਨੀ ਹੈ? ਇੱਕ ਵਿਸ਼ਰਤ ਪ੍ਰਾਣ ਹਿੱਤ ਲਈ ਜਿਹੜੇ ਬੰਦੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੰਗਤ ਕੀਤੀ ਹੈ ਜਾਂ ਹੋਰ ਵੀ ਮਹਾਂਪੁਰਖਾਂ ਦੀ, ਉਹਨੂੰ ਬੰਦੇ ਨੂੰ ਨਾ ਕੀ ਆਉਂਦਾ, ਜਦੋਂ ਚੇਤੇ ਆਉਂਦਾ ਉਹਨੂੰ ਇਉਂ ਲੱਗਦਾ ਮੇਰੀ ਜਾਨ ਨਿਕਲਦੀ ਜਾਂਦੀ ਹੈ। ਨੀਤੀ ਵਾਲਾ ਕਹਿੰਦਾ ਏਕ ਵਿਸ਼ਰਤ ਪ੍ਰਾਣ ਹਿੱਤ ਲਈ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਆ, ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਜਿਸ ਪਿਆਰੇ ਸੋ ਨੇਹੋ ਤਿਸ ਅੱਗੇ ਮਰ ਚੱਲੀਐ। ਸਭ ਸੰਗਤ ਬਾਣੀ ਦੀ ਪੰਗਤੀ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਜਾਨੀ ਐਂ ਲੱਗਦਾ ਬੰਦੇ ਨੂੰ ਬਈ ਸੰਤਾਂ ਤੋਂ ਉਦੋਂ ਆਪਾਂ ਤੋਂ ਲਾਹਾ ਨਹੀਂ ਲਿਆ ਗਿਆ ਚੇਤੇ ਕਰਕੇ ਵੀ ਜਾਨ ਨਿਕਲਦੀ ਜਾਂਦੀ ਹੈ। ਸੰਤ ਬਾਬਾ ਅਤਰ ਸਿੰਘ ਜੀ ਦੀ ਮੈਂ ਗੱਲ ਕਰਦਾ ਸੀ, ਸਿੱਖ ਦੀ ਸੰਗਤ ਨੂੰ ਝੋਰਾ ਲੱਗ ਗਿਆ, ਸਿੱਖ ਦੀ ਸੰਗਤ ਝੋਰੇ ਦੀ ਮਾਰੀ ਵੀ ਬਈ ਸਾਥੋਂ ਲਾਹਾ ਨਹੀਂ ਲਿਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ, ਤੇ ਕਹਿੰਦੇ ਉਹ ਬਾਬਾ ਅਤਰ ਸਿੰਘ ਕੋਲੇ ਚੱਲ ਗਏ। ਸੰਤ ਬਾਬਾ ਅਤਰ ਸਿੰਘ ਜੀ ਕੋਲੇ ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਡੇ ਪਿੰਡ ਤੋਂ ਲਾਹਾ ਨਹੀਂ ਲਿਆ ਗਿਆ ਗੁਰੂ ਤੇਗ ਬਹਾਦਰ ਤੋਂ, ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੇ ਨਾਲ ਇਲਾਕੇ ਦੇ ਚੌਧਰੀ ਨੂੰ ਆ ਵਚਨ ਕਰ ਗਏ ਤਲੋਕੇ ਨੂੰ, ਤੇ ਸਾਡੇ ਪਿੰਡ 'ਚ ਗੁਰਦੁਆਰਾ ਹੈ ਨਹੀਂ, ਤੇ ਸਾਡੇ ਪਿੰਡ ਨੂੰ ਭਾਗ ਲਾਓ ਤੇ ਸਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਸਰਾਫ ਹੈ ਉਸ ਉਹ ਮਹਾਂਪੁਰਖੋ ਨਾ ਉਹ ਸਰਾਫ ਟਲ ਜੂਗਾ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਨਾ, ਕਹਿੰਦੇ ਸੰਗਤ ਜੀ ਜਿਹੜੀ ਮੇਰੀ ਦਰਗਾਹ 'ਚੋਂ ਡਿਊਟੀ ਲੱਗੀ ਸੀ ਪੂਰੀ ਹੋ ਗਈ, ਇਹਨੂੰ ਕਹਿੰਦੇ ਸਾਧ ਪਠਾਏ ਆਪ ਹਰ। ਕਹਿੰਦੇ ਜਿਹੜੀ ਮੇਰੀ ਦਰਗਾਹ 'ਚੋਂ ਡਿਊਟੀ ਲੱਗੀ ਸੀ ਪੂਰੀ ਹੋ ਗਈ। ਬਾਬਾ ਕਿਰਪਾਲ ਸਿੰਘ ਜਿਨ੍ਹਾਂ ਨੂੰ ਸਾਧ ਸੰਗਤ ਸੰਤ ਬਾਬਾ ਸੁੰਦਰ ਸਿੰਘ ਜੀ ਹੋਰਾਂ ਨੇ ਕਿਹਾ, ਭਾਈ ਇਹ ਦਰਗਾਹ ਦੇ ਵਿੱਚੋਂ ਬਖਸ਼ੀ ਵੀਰੂ ਆਈ ਹੈ, ਬੰਗੇ ਸੰਤ ਗਏ, ਸੰਤ ਕਿਰਪਾਲ ਸਿੰਘ ਨੇ ਦਰਸ਼ਨ ਕੀਤੇ, ਕਹਿੰਦੇ ਭਾਈ ਦਰਗਾਹ ਦੇ ਵਿੱਚੋਂ ਬਖਸ਼ੀ ਵੀਰੂ ਹੈ। ਇਸੇ ਤਰ੍ਹਾਂ ਕਲਸੀ ਦਾ ਰਿਖੀ ਅੱਜ ਝੁਰਦਾ, ਉਹ ਕਹਿੰਦਾ ਦੁਨੀਆਂ ਦੇ ਉੱਤੇ ਅਵਤਾਰ ਆਇਆ ਪਰ ਮੇਰੇ ਭਾਗਾਂ 'ਚ ਦਰਸ਼ਨ ਨਹੀਂ। ਚਾਂਦੋ ਪੁੱਛਦਾ ਉਹਦਾ ਚੇਲਾ, ਕਹਿੰਦਾ ਸੰਤ ਜੀ ਮੈਂ ਲੱਭ ਕੇ ਲਿਆਵਾਂ। ਕਹਿੰਦੇ ਕਿਵੇਂ ਲੱਭੇਗਾ? ਕਹਿੰਦਾ ਮੈਨੂੰ ਨਿਸ਼ਾਨੀ ਦੱਸੋ। ਹੁਣ ਸੰਤ ਨਿਸ਼ਾਨੀ ਦੱਸਦੇ ਆ, ਕਹਿੰਦੇ ਵੀ ਲੈ ਆ ਚੇਤੇ ਰੱਖੀ, ਅਵਤਾਰਾਂ ਦੀ ਇਹ ਨਿਸ਼ਾਨੀ ਹੈ, ਪੜ੍ਹਿਆ ਕਰਦੇ। ਉਹ ਪੂਜਾ ਲੰਮੀਆਂ ਬਜੰਤੀ ਗਲ ਮਾਲਾ ਚੰਨ ਅਵਤਾਰਾਂ ਦੇ, ਪੂਜਾ
ਦੱਸਦਾ ਵੀ ਸੰਤ ਇਹੋ ਜਿਹੇ ਹੁੰਦੇ ਆ, ਅਵਤਾਰਾਂ ਦੀ ਇਹੋ ਜਿਹੀ ਨਿਸ਼ਾਨੀ ਹੈ, ਕਿਹੋ ਜਿਹੀ ਹੁੰਦੀ ਹੈ? ਮਹਾਂਪੁਰਖਾਂ ਨੇ, ਸਿੰਘ ਸਾਹਿਬਾਨ ਨੇ, ਸਾਧ ਸੰਗ ਭਾਈ ਜਗੀਰ ਸਿੰਘ ਜੀ ਹੋਰਾਂ ਨੇ ਦੱਸਿਆ, ਮਹੰਤ ਜਗੀਰ ਸਿੰਘ ਜੀ ਅਖਾੜੇ ਰਹਿੰਦੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜਨਮ ਅਖਾੜੇ ਦਾ, ਅਖਾੜੇ ਦਾ ਨਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜਨਮ ਹੈ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਇੰਨਾ ਸਤਿਕਾਰ ਕਰਦੇ ਸੀ, ਲੰਗ ਮਾਰਦੇ ਸੀ, ਉਹਨਾਂ ਨੇ ਡੰਡੇ ਨਾਲ ਧੁਰਨਾ ਉਹ ਮੈਨੂੰ ਕਹਿੰਦਾ ਵੀ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਤੂੰ ਆ ਸਹੀ ਤੇ ਮਹਾਂਪੁਰਖ ਵੀ ਮੈਨੂੰ ਤਕਰੀਬਨ ਨਾ ਉਹ ਵਚਨ ਨਹੀਂ ਕਰਦੇ। ਮੈਂ ਕਿਹਾ ਚੱਲ ਚੱਲਦੇ ਅਸੀਂ ਜਾ ਬੜੇ। ਸੰਤਾਂ ਨੇ ਕਥਾ ਕੀਤੀ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇਂ ਸੋ ਕਈ ਹੱਥ ਹੈ ਸੂਰਾ। ਕਥਾ ਸੁਣੀ ਮੈਂ ਵੀ ਪਹਿਲੀ ਵਾਰ, ਮੈਨੂੰ ਆਨੰਦ ਬੜਾ ਆਇਆ। ਕਿਉਂ? ਜਿਸ ਮਿਲ ਗਿਆ ਮਨ ਹੋਏ ਆਨੰਦ। ਮੈਂ ਪੰਗਤੀ ਪੜ੍ਹੀ ਹੈ ਵੀ ਸੰਤਾਂ ਦੇ ਦਰਸ਼ਨ ਕਰਕੇ ਨਾ ਮਨ ਗਦਗਦ ਹੋ ਜਾਂਦਾ, ਜੇ ਨਾਮ ਜਪਣ ਵਾਲਿਆਂ ਦੇ ਕਰੀਏ। ਜਦੋਂ ਮੇਰਾ ਮਨ ਬੜਾ ਖੁਸ਼ ਹੋਇਆ ਤੇ ਸੰਤਾਂ ਨੇ ਅਰਦਾਸ ਕਰਕੇ ਧੰਨਵਾਦੀ ਦੌਰੇ ਤੇ ਜਾਣਾ ਸੀ ਲੁਧਿਆਣੇ ਜ਼ਿਲ੍ਹੇ 'ਚ ਨਾ, ਲਾਲੇ ਦੇ ਕਿਸੇ 'ਚੋਂ ਸੰਤ ਰਿਹਾ ਹੋਏ ਸੀ, ਸੰਤਾਂ ਨੇ ਜਾਣਾ ਸੀ ਧੰਨਵਾਦੀ ਦੌਰੇ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਮੈਂ ਨਾ ਗੱਡੀ ਦੇ ਪਿਛਲੇ ਪਾਸੇ ਜਾ ਕੇ ਖੜ ਗਿਆ ਬਈ। ਸੰਤਾਂ ਨੇ ਜਕਾਰਾਂ ਗਜਾ ਕੇ ਜਦੋਂ ਬਾਹਰ ਨਿਕਲੇ ਤੇ ਸੰਤਾਂ ਦੇ ਨਾਲ ਮੈਨੂੰ ਸੰਗਤ ਗਿਣਤੀ ਤੋਂ ਬਾਹਰ, ਘੱਟੋ ਘੱਟ 400-500 ਤਾਂ ਰਫਲਾ ਵਾਲਾ ਹੋਣਾ ਸੰਤਾਂ ਦੇ ਨਾਲ। ਸੰਤਾਂ 'ਚ ਮੈਂ ਗੁਣ ਬੜਾ ਦੇਖੇ। ਜਦੋਂ ਸੰਤ ਬਾਹਰ ਨਿਕਲੇ ਤੇ ਸੰਤਾਂ ਨੇ ਜਕਾਰਾ ਛੱਡਿਆ। ਸੰਤਾਂ ਦੇ ਜਿਹੜਾ ਕੱਦ ਸੀ ਸੰਤਾਂ ਦਾ ਬੜਾ ਲੰਮਾ ਸੀ ਤੇ ਬਾਹਾਂ ਵੀ ਸੰਤਾਂ ਦੀਆਂ ਗੋਡਿਆਂ ਤੋਂ ਥੱਲੇ ਜਾਂਦੀਆਂ ਸੀ, ਸੰਤਾਂ ਦੀਆਂ ਨਾ ਬਾਹਾਂ।
ਜਦੋਂ ਉਹਨੇ ਲਮਕਾਉਣੀਆਂ ਤੀਰ ਤੀਰ ਹੱਥ ਚ ਹੋਣਾ ਤੇ ਐਂ ਲੱਗਣਾ, ਮੈਂ ਇਹ ਨਾ ਤੁਸੀਂ ਸੋਚਿਓ ਵੀ ਮੈਂ ਉਹਨਾਂ ਨੂੰ ਅਵਤਾਰ ਕਹਿੰਦਾ, ਮੈਂ ਕਹਿੰਦਾ ਸੰਤੀ ਹੈ। ਬਾਬਾ ਨੇ ਇੱਕ ਬੜੀ ਸੋਹਣੀ ਗੱਲ ਕਹੀ, ਗੁਰੂ ਸਮੁੰਦਰ ਹੁੰਦਾ ਤੇ ਸਿੱਖ ਨਦੀ ਹੁੰਦਾ। ਨਦੀ ਨੂੰ ਕਿਤੇ ਸਮੁੰਦਰ ਨਹੀਂ ਕਹਿਣਾ, ਮੇਰਾ ਕਹਿਣ ਦਾ ਮਤਲਬ ਹੈ। ਸੰਤਾਂ ਨੇ ਜਦੋਂ ਸਾਧ ਸੰਗਤ, ਇੱਕ ਤਾਂ ਸੰਤਾਂ ਦਾ ਕੱਦ ਕਾਠ ਕਿੰਨਾ ਲੰਮਾ, ਇੱਕ ਸੰਤ ਜਦੋਂ ਆਉਣ ਤੇ ਸੰਤਾਂ ਨੂੰ ਦੇਖ ਕੇ ਨਾ ਬੰਦੇ ਨੂੰ ਚਾਹ ਚੜ੍ਹਦਾ, ਬਈ ਸੱਚ ਜਾਣੋ ਬਈ ਸੰਤਾਂ ਨੂੰ ਨਾ, ਜਦੋਂ ਸੰਤਾਂ ਨੂੰ ਦੇਖਣਾ ਬੰਦੇ ਨੂੰ ਉਹ ਲੱਗਦਾ ਬਈ ਇਹ ਪਤਾ ਨਹੀਂ ਕੀ ਚੀਜ਼ ਆ ਗਈ, ਇਹ ਕੁਦਰਤੀ ਹੁੰਦਾ। ਤੇ ਮੇਰੇ ਕਰਮ ਇਹੋ ਜਿਹੇ ਜਾਗੇ ਤੇ ਸੰਤ ਜੌਂਗੇ ਕੋਲੇ ਆ ਗਏ, ਮੇਰੇ ਯਾਦ ਨਾ ਚੇਤੇ ਨਾ ਮਹੰਤਾਂ ਦੇ ਚੇਤੇ, ਮੈਂ ਤੁਹਾਨੂੰ ਕਹਾਂ ਨਾ ਮਹੰਤਾਂ ਦੇ ਚੇਤੇ। ਸੰਤ ਜੌਂਗੇ ਜਾਂ ਜੌਂਗਾ ਉਹਨੂੰ ਕਹਿੰਦੇ, ਫੌਜੀਆਂ ਵਾਲੀ ਗੱਡੀ, ਉਹਦੇ 'ਚ ਟਰੱਕ ਦਾ ਇੰਜਣ ਸਾਡਾ ਰਖਾਇਆ ਮੈਂ, ਉਹਨੂੰ ਜੌਂਗਾ ਕਿਆ ਕਰਦੇ। ਸੰਤ ਜਦੋਂ ਜੌਂਗੇ ਕੋਲੇ ਆ ਗਏ ਤੇ ਮੈਨੂੰ ਮਹੰਤ ਕਹਿੰਦੇ ਵੀ ਆ ਜਾ ਵੀ ਬਹਿਣਗੇ ਨਾਲ ਬਹਿਣਗੇ। ਮੈਂ ਆਖਿਆ ਬਾਬਾ ਜੀ ਇਹ ਤਾਂ ਸਜਦੇ ਮਲਾਹ ਵਾਲੀ ਗੱਲ ਹੋ ਗਈ, ਸਜਦੇ ਦੀ ਨਾ ਕਿਸ਼ਤੀ ਤਾਂ ਸਾਦੀ ਜੀ ਸੀ, ਉਹਦੇ 'ਚ ਕਿੱਥੇ ਦਸਵੇਂ ਪਾਤਸ਼ਾਹ ਨੇ ਬਹਿਣਾ ਸੀ, ਇਹ ਗੱਡੀ 'ਚ ਬਾਬਾ ਜਰਨੈਲ ਸਿੰਘ ਕਿੱਥੇ ਬਹਿ ਜੂਗਾ, ਇਹਦੇ 'ਚ ਟਰੱਕ ਦਾ ਇੰਜਣ ਰੱਖਿਆ, ਇਹ ਤਾਂ ਰੁੱਖਾ ਜਿਹਾ ਕੰਮ ਹੈ। ਕਹਿੰਦੇ ਵੀ ਨਹੀਂ ਦੇਖ ਤਾਂ ਸਹੀ, ਸੱਚ ਜਾਣੋ ਜਿਵੇਂ ਕਿਤੇ ਮਹਾਂਪੁਰਖਾਂ ਕੋਲੇ ਅੰਤਰ ਜਾਮ ਤਾਂ ਹੁੰਦੀ ਵੀ ਆ ਸੰਤਾਂ ਕੋਲੇ, ਸੰਤ ਕਹਿੰਦੇ ਹੀ ਉਹਨੂੰ ਆ ਜਿਹਨੂੰ ਤਿੰਨਾਂ ਕਾਲਾਂ ਦੀ ਸੋਝੀ ਹੋਵੇ, ਸੰਤ ਉਹਨੂੰ ਕਹਿੰਦੇ ਆ ਜਿਹਨੂੰ ਤਿੰਨਾਂ ਕਾਲਾਂ ਦੀ ਸੋਝੀ ਹੋਵੇ। ਸੰਤ ਜੀ ਬਹਿ ਗਏ ਜੌਂਗੇ 'ਚ, ਸੱਚ ਜਾਣੋ ਸੰਗਤ ਜੀ ਆਪਾਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ, ਮੈਥੋਂ ਡਰਦੇ ਤੋਂ ਰੇਸ ਨਾ ਆਵੇ ਉਹਨੂੰ ਜੌਂਗੇ, ਮੈਂ ਸੰਤਾਂ ਤੋਂ ਡਰਾਂ, ਜਦੋਂ ਸੰਤਾਂ ਤੋਂ ਡਰਦੇ ਨੂੰ ਮੈਨੂੰ ਰੇਸ ਨਾ ਆਵੇ ਤੇ ਸੰਤ ਹੱਸ ਪਏ। ਮੇਰਾ ਮਨ ਟੱਕ ਗਿਆ, ਮੈਂ ਆਖਿਆ ਵੀ ਗੱਲ ਬਣ ਗਈ, ਸੰਤ ਹੱਸ ਪਏ, ਹੁਣ ਨਹੀਂ ਕੁਛ ਕਹਿੰਦੇ। ਸੰਤ ਜਦੋਂ ਹੱਸੇ ਨਾ ਤੇ ਫਿਰ ਮੈਂ ਰੇਸ ਦਿੱਤੀ ਜਿਵੇਂ ਮੈਂ ਆਪਦਾ ਪਹਿਲਾਂ ਚਲਾਉਂਦਾ ਸੀ। ਸੰਤ ਹੱਥ 'ਤੇ ਹੱਥ ਮਾਰ ਕੇ ਕਹਿੰਦੇ ਵੀ ਆਹ ਤਾਂ ਸੂਆ ਟੱਪ ਜੂਗਾ, ਇੰਨੇ ਸੰਤ ਖੁਸ਼। ਸਾਰੀ ਦਿਹਾੜੀ ਮੈਂ ਸੰਤਾਂ ਦੇ ਨਾਲ ਰਿਹਾ ਤੇ ਜਾਣੀ ਦੀ ਇਉਂ ਸਮਝੋ ਇੱਕ ਬਾਣੀ ਦੀ ਭਗਤੀ ਹੈ ਬਈ ਜਿਹਨੂੰ ਸੰਤ ਬੁਲਾ ਲੈਣਾ ਇਉਂ ਲੱਗਦਾ ਬੰਦੇ ਨੂੰ ਜ਼ਿੰਦਗੀ ਭਰ ਦਾ ਨਸ਼ਾ ਚੜ੍ਹ ਜਾਂਦਾ। ਬਾਣੀ ਦੀ ਪੰਗਤੀ, ਕੋਟ ਆਨੰਦ ਰਾਜ ਸੁੱਖ ਭੁਗਵੈ, ਇੰਨਾ ਕਰੋੜਾਂ ਰਾਜਾਂ ਦਾ ਸੁੱਖ ਨਹੀਂ ਜਿੰਨਾ ਸੰਤ ਜਰਨੈਲ ਸਿੰਘ ਬੰਦੇ ਦੇ ਬੁਲਾਏ ਦਾ ਬੰਦੇ ਨੂੰ ਚਾਹ ਚੜ੍ਹਦਾ ਸੀ। ਉਹਨਾਂ ਨੇ ਜਦੋਂ ਮੈਨੂੰ ਬੁਲਾਇਆ ਤੇ ਤੁਸੀਂ ਇਉਂ ਲਾ ਲਓ ਸਾਹਿਬ ਵੀ ਮੇਰੀ ਕੋਈ ਖੁਸ਼ੀ ਦੀ ਹੱਦ ਨਾ ਰਹੀ, ਮੇਰੀ ਨਾ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਮੈਨੂੰ ਇਉਂ ਲੱਗੇ ਵੀ ਦਿਨ ਛਿਪੇ ਹੀ ਨਾ, ਕਿੱਥੇ ਤੋਂ ਮੈਂ ਡਰਾਂ, ਕਿੱਥੇ ਮੈਂ ਕਹਾਂ ਵੀ ਦਿਨ ਨਾ ਛਿਪੇ। ਸੰਤਾਂ ਦੇ ਮਗਰ ਘੱਟੋ ਘੱਟ 500 ਗੱਡੀ, ਕਿਹੋ ਜਿਹਾ ਸਮਾਂ ਹੋਣਾ, 500 ਗੱਡੀ ਸੰਤਾਂ ਦੇ ਮਗਰ, ਇਹਨਾਂ ਨਗਰ ਕੀਰਤਨ ਦੀ ਚੜ੍ਹਾਈ ਨਾ ਜਿੰਨੇ ਉਸ ਵੇਲੇ ਚੜ੍ਹਾਈ ਸੰਤਾਂ ਦੀ। ਤੇ ਜਦੋਂ ਦਿਨ ਛਿਪਿਆ ਨਾ ਤੇ ਕਿਲ੍ਹਾ ਰਾਏਪੁਰ ਗਰਿਆਲ ਰਹਿ ਕਿਲ੍ਹਾ ਰਾਏਪੁਰ ਦੇ ਨਾਗਰਾਲ ਦੇ ਨਾਰਗਾਲ ਦੇ ਸੰਤਾਂ ਨੇ ਰਾਤ ਨੂੰ ਵਿਸਰਾਮ ਉੱਥੇ ਕਰਨਾ ਸੀ। ਜਦੋਂ ਉੱਥੇ ਅਸੀਂ ਉਤਰੇ ਤੇ ਮੇਰਾ ਨਾ ਆਉਣ ਨੂੰ ਚਿੱਤ ਨਾ ਕਰੇ, ਮੈਂ ਮਹੰਤਾਂ ਨੂੰ ਆਖਿਆ ਬਾਬਾ ਜੀ ਹੋਰ ਬਹਿ ਜੂਗੇ ਬਾਬਿਆਂ ਕੋਲੇ। ਜਦੋਂ ਅਸੀਂ ਬਾਬਿਆਂ ਕੋਲੇ ਬੈਠੇ ਨਾ ਤੇ ਮਹੰਤ ਕਹਿੰਦੇ ਜੀ ਆ ਗਿਆ, ਕਹਿੰਦੇ ਵੀ ਐਂ ਕਰ ਇਹਨਾਂ ਨੂੰ ਕਿਹਾ ਵੀ ਕੱਲ੍ਹ ਨੂੰ ਵੀ ਆਇਓ। ਜਦੋਂ ਉਹਨਾਂ ਨੇ ਕਿਹਾ ਵੀ ਕੱਲ੍ਹ ਨੂੰ ਵੀ ਆਇਓ
ਤੇ ਸਾਧ ਸੰਗਤ ਮੇਰੀ ਉਦੋਂ ਖੁਸ਼ੀ ਦੀ ਹੱਦ ਨਾ ਰਹੀ। ਫਿਰ ਬੜੇ ਦਿਨ ਮੈਂ ਲਾਹਾ ਲਿਆ, ਜਦੋਂ ਲਾਹਾ ਲਿਆ ਤੇ ਫਿਰ ਪਤਾ ਲੱਗਿਆ ਵੀ ਸਾਧਕਾ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟ ਤੋਂ ਖੋਤ ਨਿਹਾਲ। ਇਹ ਆ ਸੰਤਾਂ ਦੇ ਸਾਧ ਸੰਗਤ ਦਰਸ਼ਨਾਂ ਦਾ ਫਲ ਤੇ ਸੰਤਾਂ ਦਾ ਸਾਧ ਸੰਗਤ ਬਚਨ ਸੁਣ ਕੇ ਹਿਰਦੇ ਚ ਵਸਾਉਣਾ। ਇਸੇ ਤਰ੍ਹਾਂ ਕਲਸੀ ਦਾ ਰਿਖੀ ਇੱਕ ਦਿਨ ਰੋਂਦਾ ਤੇ ਚਾਂਦੋ ਪੁੱਛਦਾ, ਕਹਿੰਦਾ ਵੀ ਤੂੰ ਰੋਨਾ ਕਿਉਂ ਹੈ? ਕਹਿੰਦਾ ਵੀ ਸੱਚੀ ਗੱਲ ਤੈਨੂੰ ਦੱਸਾਂ, ਉਹ ਅਜੇ ਪੀਆ ਦੇ ਮਿਲਣ ਦੀਆਂ ਆਸਾਂ, ਛੋਇਓ ਨਾ ਉਹ ਮੇਰੇ ਨੈਣਾਂ ਨੂੰ ਅਜੇ। ਸੱਚੀ ਗੱਲ ਤੈਨੂੰ ਦੱਸਾਂ, ਮੈਨੂੰ ਨਹੀਂ ਹੁਣ ਲੱਗਦਾ ਵੀ ਮੈਨੂੰ ਉਹ ਅਵਤਾਰ ਦੇ ਦਰਸ਼ਨ ਹੋਣਗੇ। ਜਦੋਂ ਕਹਿੰਦਾ ਵੀ ਇਉਂ ਕਰ, ਗਾਈਆਂ ਰੱਖੀਆਂ ਵੀਆਂ, ਮੈਂ ਤੈਨੂੰ ਛੰਨ ਦੇ ਵਿੱਚ ਪਾ ਜਾਂਦਾ ਤੇ ਮੈਂ ਨਾ ਓਨਾ ਚਿਰ ਮੁੜਦਾ ਨਹੀਂ ਜਿੰਨਾ ਚਿਰ ਮੈਨੂੰ ਅਵਤਾਰ ਦੇ ਦਰਸ਼ਨ ਨਹੀਂ ਆਉਂਦੇ। ਜਿੰਨਾ ਚਿਰ ਮੈਂ ਅਵਤਾਰ ਨੂੰ ਭਾਲ ਕੇ ਨਹੀਂ ਨਾ ਲਿਆਉਂਦਾ, ਓਨਾ ਚਿਰ ਨਹੀਂ ਮੈਂ ਆਉਂਦਾ। ਹੁਣ ਕਲਸੀ ਦੇ ਰਿਖੀ ਨੇ ਦਸ ਪਾਤੀ ਤੇ ਉਧਰ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਲੈ ਕੇ ਆਉਂਦਾ ਪਿਆ। ਜਦੋਂ ਮਹਾਰਾਜ ਪਹਿਲਾਂ ਨਾਹਨ ਆਏ, ਫਿਰ ਪੌਂਟਾ ਸਾਹਿਬ ਸਥਾਨ ਤਿਆਰ ਕੀਤਾ ਤੇ ਕਲਸੀ ਦੇ ਰਿਖੀ ਦਾ ਚੇਲਾ ਭਾਲਦਾ ਫਿਰਦਾ, ਕਿਵੇਂ ਪੜਿਆ ਕਰਦੇ ਗੱਜ ਵੱਜ ਕੇ ਬੋਲਿਓ, ਉਹ ਢੂੰਡ ਲੈ ਸੱਜਣ ਸੰਤ ਪੱਕਿਆ, ਕੱਚਿਆਂ ਦਾ ਸੰਗ ਨਾ ਕਰੀ। ਢੂੰਡ ਲੈ ਸੱਜਣ ਸੰਤ ਪੱਕਿਆ, ਕੱਚਿਆਂ ਦਾ ਸੰਗ ਨਾ ਕਰੀ।
ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਕਥਾ ਕਰਨ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਦੁਸਹਿਰੇ ਤੇ, ਰੇਰੂ ਸਾਹਿਬ ਦਰਾਹੇ ਕੋਲੇ ਆ, ਸੰਤ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ ਰੇਰੂ ਸਾਹਿਬ ਵਾਲੇ, ਜਿਨ੍ਹਾਂ ਦੀ ਸੰਗਤ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਕੀਤੀ ਸੀ। ਜਦੋਂ ਕਥਾ ਕਰਨ ਤੇ ਉਧਰ ਸੰਤ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ ਮਸਤੂਆਣੇ ਵਾਲੇ, ਇਹ ਬਚਨ ਹੋਇਆ ਸੀ। ਸੰਤ ਬਾਬਾ ਅਤਰ ਸਿੰਘ ਜੀ ਮਿਲਣ ਗਏ ਰੇਰੂ ਸਾਹਿਬ ਵਾਲੇ ਬਾਬੇ ਅਤਰ ਸਿੰਘ ਰੇਰੂ ਮਸਤੂਆਣੇ ਵਾਲੇ ਨੂੰ ਪੁੱਛਿਆ, ਮਹਾਂਪੁਰਖੋ ਕੀ ਹਾਲ ਹੈ? ਕਹਿੰਦੇ ਭਾਈ ਸਾਹਿਬ ਤਿਆਰੀ ਹੈ। ਉਦੋਂ ਭਾਈ ਸਾਹਿਬ ਸ਼ਬਦ ਜ਼ਿਆਦਾ ਵਰਤਦੇ ਸੀ। ਕਹਿੰਦੇ ਭਾਈ ਸਾਹਿਬ ਜੀ, ਹੁਣ ਤਾਂ ਸਾਡੀ ਤਿਆਰੀ ਹੈ, ਬਈ ਮਤਬਲਾ ਸਰੀਰ ਛੱਡ ਜਾਣਾ। ਇਹਨੂੰ ਕਹਿੰਦੇ ਸੰਤ ਨੂੰ ਤਿੰਨਾਂ ਕਾਲਾਂ ਦੀ ਸੋਝੀ। ਸੰਤ ਬਾਬਾ ਅਤਰ ਸਿੰਘ ਜੀ ਨੂੰ ਜਦੋਂ ਇਹ ਗੱਲ ਕਹੀ ਤੇ ਸੰਤ ਕਹਿੰਦੇ, ਚੰਗਾ ਭਾਈ ਸਾਹਿਬ ਤੁਸੀਂ ਚੱਲੋ, ਅਸੀਂ ਵੀ ਮਗਰ ਹੀ ਆਏ। ਜਦੋਂ ਕਹਿੰਦੇ ਵੀ ਮਗਰ ਹੀ ਆਏ ਤੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਹਿੰਦੇ, ਮਹਾਂਪੁਰਖ ਜਿਹੜੇ ਇਲਾਕੇ 'ਚ ਸੰਤ ਹੋਣ, ਜਿਹੜੇ ਪਿੰਡ 'ਚ ਸੰਤ ਹੋਣ, ਉਹ ਤਾਂ ਇਉਂ ਸਮਝੋ ਬਈ ਨਗਰੀ ਭਾਗਾਂ ਵਾਲਾ, ਜਿਹੜਾ ਇਲਾਕੇ ਚ ਉਹ ਇਲਾਕਾ ਹੀ ਭਾਗਾਂ ਵਾਲਾ। ਤੇ ਮਹਾਂਪੁਰਖੋ, ਜੇ ਤੁਸੀਂ ਸਰੀਰ ਛੱਡ ਕੇ ਸੰਸਾਰ ਦੀ ਕੀ ਹਾਲਤ ਹੋਊ?
ਤੇ ਸੰਤ ਬਾਬਾ ਈਸਰ ਸਿੰਘ ਜੀ ਉਦੋਂ ਗੜਬਈ ਸੀ, ਥਾਪੜਾ ਦੇ ਕੇ ਬਾਬਾ ਆਤਰ ਸਿੰਘ ਜੀ ਕਹਿੰਦੇ ਆ ਭਚੰਗੀ ਨੂੰ ਨਾ ਰਾਜੇ ਮਹਾਰਾਜੇ ਡੀਕਿਆ ਕਰਨਗੇ, ਇਹਨੂੰ ਇਹ ਬੜੇ ਭਾਗ ਲਾਇਕ। ਇਹ ਕੀਰਤਨ ਦੀ ਦਾਤ ਬਾਬਾ ਆਤਰ ਸਿੰਘ ਮਸਤਵਾਣੇ ਵਾਲਿਆਂ ਨੇ ਦਿੱਤੀ। ਮੇਰਾ ਕਹਿਣ ਦਾ ਮਤਲਬ ਲੈ ਸੰਤ ਚੜ੍ਹਾਈ ਕਰ ਗਏ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਕਥਾ ਕਰਦੇ ਆ ਤੇ ਬਹਿੰਗਮਾਂ ਨੇ ਜਾ ਕੇ ਸੰਤਾਂ ਨੂੰ ਚਿੱਠੀ ਫੜਾਤੀ ਵੀ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਚੜ੍ਹਾਈ ਕਰ ਗਏ। ਸੰਤਾਂ ਦੇ ਨੇਤਰ ਸਜਲ ਹੋ ਗਏ, ਮਹਾਂਪੁਰਖਾਂ ਦੇ ਨਾ ਨੇਤਰ ਸਜਲ ਹੋਏ ਤੇ ਪੰਜ ਮਿੰਟ ਸੱਤ ਮਿੰਟ ਸੰਤਾਂ ਨੇ ਕਥਾ ਬੰਦ ਕਰਤੀ। ਅਖੀਰ ਨੂੰ ਸੰਤ ਕਹਿੰਦੇ ਆ, ਕਹਿੰਦੇ ਭਾਈ ਬਾਬਾ ਆਤਰ ਸਿੰਘ ਜੀ ਦਾ ਆਉਣਾ ਸਮਝੋ ਚੜ੍ਹਾਈ ਕਰ ਗਿਆ, ਅੱਜ ਇਉਂ ਸਮਝੋ ਵੀ ਧਰਮ ਦਾ ਥੰਮ ਡਿੱਗ ਪਿਆ। ਇਹਨੂੰ ਸੰਤ ਕਹਿੰਦੇ ਆ, ਸੰਤ ਕਦੇ ਮਾਮੂਲੀ ਗੱਲ ਨਹੀਂ ਹੁੰਦੀ, ਸੰਤ ਧਰਮ ਦੇ ਥੰਮ ਹੁੰਦੇ ਆ। ਕਹਿੰਦੇ ਅੱਜ ਭਾਈ ਇਉਂ ਸਮਝੋ ਬਈ ਸੰਤ ਬਾਬਾ ਆਤਰ ਸਿੰਘ ਜੀ ਨੇ ਚੜ੍ਹਾਈ ਨਹੀਂ ਕੀਤੀ ਤੇ ਅੱਜ ਇਉਂ ਸਮਝੋ ਵੀ ਧਰਮ ਦਾ ਥੰਮ ਹੀ ਡਿੱਗ ਪਿਆ। ਨੇਤਰ ਸਜਲ ਹੋ ਗਏ, ਸੰਗਤਾਂ ਹੈਰਾਨ ਹੈ ਬਈ ਸੰਤ ਧਰਮ ਦੇ ਥੰਮ ਹੁੰਦੇ ਆ। ਇਸੇ ਤਰ੍ਹਾਂ ਸਾਧ ਸੰਗਤ ਬਾਬਾ ਜਰਨੈਲ ਸਿੰਘ ਜੀ ਧਰਮ ਦੇ ਥੰਮ ਸੀ। ਕਿੰਨੇ ਕਿੰਨੇ ਸੰਤ ਹੋਏ ਹੋਣੇ ਆ, ਕਿੰਨੇ ਕਿੰਨੇ ਦੁਨੀਆਂ ਦੇ ਉੱਤੇ ਸਾਧ ਸੰਗਤ ਤਾਕਤ ਵਾਲੇ ਬੰਦੇ ਆਏ, ਕਿੰਨੇ ਕਿੰਨੇ। ਪਰ ਇੱਕ ਗੱਲ ਚੇਤੇ ਰੱਖਿਓ, ਕਿਸੇ ਬੰਦੇ ਦੇ ਕਿਸੇ ਸੰਤ ਦੀਆਂ ਸੰਤ ਦੇ ਕਿਸੇ ਨੌਜਵਾਨ ਦੇ ਬਣੇ ਬਣੈਣਾ ਦੇ ਉੱਤੇ ਫੋਟੋ ਨਹੀਂ ਦੇਖੇ, ਸੰਤ ਜਰਨੈਲ ਸਿੰਘ ਦੇ ਫੋਟੋ ਹੈ। ਕਿਸੇ ਦੇ ਮੈਨੂੰ ਦਿਖਾ ਜਾਓ ਕਿਸੇ ਜਾਗਟਾਂ ਤੇ ਫੋਟੋ, ਜੇ ਦੇਖੋਗੇ ਨਾ ਸੰਤ ਜਰਨੈਲ ਸਿੰਘ ਦੇ, ਇਹਦਾ ਫੋਟੋ ਦਾ ਪਤਾ ਮਤਲਬ ਕੀ ਪਤਾ ਕੀ ਹੈ? ਇੱਥੋਂ ਦੇਖ ਕੇ ਪਤਾ ਲੱਗਦਾ ਵੀ ਸੰਤ ਜਰਨੈਲ ਸਿੰਘ ਸੰਗਤਾਂ ਨੂੰ ਕਿੰਨਾ ਪਿਆਰਾ ਲੱਗਦਾ ਸੀ। ਇਹ ਫੋਟੋ ਕੋਈ ਐਂ ਨਹੀਂ ਬਈ ਐਵੇਂ ਛਾਪ ਨਹੀਂ, ਇੱਥੋਂ ਇਹ ਅੰਦਾਜ਼ਾ ਲੱਗਦਾ ਬਈ ਇੰਨਾ ਕੋਈ ਪਿਆਰਾ ਹੋਰ ਨਹੀਂ ਦੇਖਿਆ ਹੋਣਾ ਨਾ। ਨਾ ਕਿਸੇ ਦਾ ਬਣੈਣਾ ਤੇ ਫੋਟੋ ਦੇਖੇ ਆ, ਨਾ ਕਿਸੇ ਦੀਆਂ ਜਾਗਟਾਂ ਤੇ ਕਿਸੇ ਦੇ ਫੋਟੋ। ਜੇ ਫੋਟੋ ਦੇਖੇ ਬਈ ਸੰਤ ਜਰਨੈਲ ਸਿੰਘ ਦੇਖੇ ਤੇ ਫਿਰ ਮੱਲੋ ਮੱਲੀ ਮੂੰਹੋਂ ਤੁਹਾਡੇ ਨਿਕਲੂ, ਧੰਨ ਜਨੇਂਦੀ ਮਾਓ ਆਏ ਸਫਲ ਚੋ। ਮਾਂ ਕਿੰਨੀ ਭਾਗਾਂ ਵਾਲੀ ਹੋਣੀ ਹੈ ਜਿਹੜੀ ਮਾਂ ਦੀ ਨਾ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕੁੱਖ ਨੂੰ ਸਫਲੀ ਕਰਕੇ ਰੱਖਦਾ। ਤਿੰਨ ਬੰਦੇ ਮਾਂ ਦੀ ਕੁੱਖ ਨੂੰ ਸਫਲੀ ਕਰਦੇ ਆ, ਇੱਕ ਦਾਨੀ ਸਫਲੀ ਕਰਦਾ, ਇੱਕ ਸੂਰਮਾ ਸਫਲੀ ਕਰਦਾ ਮਾਂ ਦੀ ਕੁੱਖ ਨੂੰ ਤੇ ਇੱਕ ਭਗਤ ਸਫਲੀ ਕਰਦਾ। ਬਾਣੀ ਦੀ ਪੰਕਤੀ ਹੈ, ਜਿਨ ਹਰ ਹਿਰਦਾ ਨਾਮ ਨਾ ਵਸਿਓ ਤਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਮਹਾਰਾਜ ਕਹਿੰਦੇ ਉਹ ਜਿਹੜੇ ਮਾਂ ਨੇ ਪੁੱਤ ਨੂੰ ਜਨਮ ਦੇਣਾ ਤੇ ਸੰਤ ਜਰਨੈਲ ਸਿੰਘ ਵਰਗੇ ਨੂੰ ਜਨਮ ਦੇਵੇ ਨੇ, ਪੁੱਤ ਤੋਂ ਵਗੈਰਾ ਹੀ ਰਹਿ ਜਾ, ਕਾਹਨੂੰ ਸਰੀਰ ਗਾਲਦੀ ਹੈ? ਬਾਂਝੇ ਦਾ ਮਤਲਬ ਹੈ ਨਾ ਕਾਹਨੂੰ ਸਰੀਰ ਗਾਲਣਾ। ਇਸੇ ਤਰ੍ਹਾਂ ਕਿਹੋ ਜਿਹਾ ਸੀਨ ਹੋਣਾ, ਕਲਸੀ ਦੇ ਰਿਖੀ ਦਾ ਚੇਲਾ ਚਾਂਦੋ ਕਿਹਨੂੰ ਭਾਲਦਾ? ਦੁਨੀਆਂ ਦੇ ਉੱਤੇ ਵੀ ਅਵਤਾਰ ਆਇਆ ਹੋਇਆ, ਅੱਗੇ ਗਿਆ ਕਈ ਵਾਰੀ ਹਰੇਕ ਬੰਦੇ ਦੀ ਨਾ ਉਹ ਬਾਹ ਫੜ ਕੇ ਮੰਨ ਲੱਗ ਜਾਂਦਾ ਬਈ ਮੇਰੇ ਗੁਰੂ ਨੇ ਕਿਹਾ ਸੀ ਜਿਹਦੇ ਗੋਡਿਆਂ ਤੋਂ ਥੱਲੇ ਬਾਂਹ ਹੋਵੇ ਉਹ ਅਵਤਾਰ ਹੋ। ਉਹ ਜਦੋਂ ਦੇਖਦਾ ਬਈ ਬਾਂਹ ਉੱਚੀ ਹੈ ਕਹਿੰਦਾ ਤੂੰ ਨਹੀਂ ਅਵਤਾਰ ਹੈ। ਭੋਲਿਆਂ ਨੂੰ ਰੱਬ ਮਿਲਦਾ, ਦੋ ਬੰਦਿਆਂ ਨੂੰ ਗੁਰੂ ਨਾਨਕ ਦੇ ਘਰ ਚ ਥਾਂ ਨਹੀਂ ਮਿਲਦਾ, ਕਿਹਨੂੰ ਕਿਹਨੂੰ? ਇੱਕ ਅਹੰਕਾਰੀ ਬੰਦੇ ਨੂੰ ਤੇ ਇੱਕ ਤਿੱਖੇ ਬੰਦੇ ਨੂੰ। ਦੋ ਬੰਦੇ ਢੂਹੀ ਤਾਂ ਹੀ ਜ਼ੋਰ ਲਾ ਲੈਣ
ਗੁਰੂ ਨਾਨਕ ਦੇ ਘਰ 'ਚ ਥਾਂ ਨਹੀਂ ਮਿਲ ਸਕਦਾ ਇੱਕ ਹੰਕਾਰੀ ਬੰਦੇ ਨੂੰ ਇੱਕ ਤਿੱਖੇ ਬੰਦੇ ਨੂੰ। ਹਰਜੂ ਹੰਕਾਰ ਨਾ ਭਾਵੇਂ ਵੇਦ ਕੂਕ ਸੁਨਾਵਾ ਐ ਮਨ ਚੰਚਲਾ ਚਤੁਰਾਈ ਕਿਨੇ ਨਾ। ਹੁਣ ਚਾਂਦੋ ਭੋਲਾ ਸੀ ਅੱਗੇ ਦੇਦਾ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਨਾਲ ਦੇ ਸਾਥੀਆਂ ਨਾਲ ਸ਼ਤਰੰਜ ਖੇਡੀ ਜਾਂਦਾ ਦੇਖਣ ਲੱਗਿਆ ਵੀ ਆਹ ਤਾਂ ਨੀ ਕਿਤੇ ਅਵਤਾਰ ਨਹੀਂ। ਦਸਵੇਂ ਪਾਤਸ਼ਾਹ ਆ ਗਏ ਘੋੜੇ ਤੇ, ਘੋੜੇ ਤੋਂ ਉਤਰੇ ਦਸਵੇਂ ਪਾਤਸ਼ਾਹ ਨੇ ਕਿਰਿਆ ਕੀਤੀ ਜਦੋਂ ਸਾਧ ਸੰਗਤ ਜਲ ਵਰਤਿਆ ਤੇ ਹੱਥ ਲਮਕਾਏ ਜਦੋਂ ਗੋਡੇ ਤੋਂ ਥੱਲੇ ਹੱਥ ਦੇਖ ਕੇ ਤੇ ਚਾਂਦੋ ਭੱਜ ਕੇ ਦਸਵੇਂ ਪਾਤਸ਼ਾਹ ਦੀ ਬਾਂਹ ਫੜ ਲਈ ਕਹਿੰਦਾ ਤੁਸੀਂ ਅਵਤਾਰ ਆਏ ਆ ਮੇਰਾ ਗੁਰੂ ਤੁਹਾਨੂੰ ਉਡੀਕਦਾ ਮਰ ਗਿਆ ਹੁਣ ਮੈਂ ਛੰਦ ਚ ਪਾ ਕੇ ਆਇਆ ਮੇਰੇ ਨਾ ਗੁਰੂ ਤੁਹਾਨੂੰ ਕਿਵੇਂ ਬਾਜਾ ਮਾਰਦਾ। ਭਗਤ ਕਬੀਰ ਕਹਿੰਦਾ ਜੇ ਰੱਬ ਨੂੰ ਮਿਲਣਾ ਹੋਵੇ ਐਂ ਬਾਜਾ ਮਾਰਿਆ ਕਰ ਤੇ ਫਿਰ ਰੱਬ ਮਿਲ ਜਾਂਦਾ ਕਿਵੇਂ। ਉਹ ਮਨਾ ਕੂਕਦਾ ਰਹੀ ਦਿਨ ਰਾਤੀ ਕਦੇ ਤਾਂ ਪਕਾਰ ਸੁਣ ਨੂੰ ਪਾਇਓ
ਕੀ ਪ੍ਰਭਾ ਜਦ ਪ੍ਰੇਮ ਕੀ ਹੋ ਧਨ ਕੀ ਪ੍ਰਭਾਓ ਉਹ ਬਾਜਾ ਵਾਲਾ ਜਾਂਦਾ ਇਹ ਤਾਂ ਬਤੀਆ ਪ੍ਰੇਮ ਦਾ ਬਾਜਾ ਵਾਲਾ ਜਾਂਦਾ ਇਹ ਤਾਂ ਬੱਚਿਆ ਪ੍ਰੇਮ ਦਾ ਸੱਚੀ ਗੱਲ ਹੈ ਮੇਰਾ ਗੁਰੂ ਤੁਹਾਨੂੰ ਬੜਾ ਡੀਕਦਾ ਘੋੜੇ ਤੋਂ ਛਾਲ ਮਾਰੀ ਜਾ ਕੇ ਕਲਸੀ ਦੇ ਰਿਖੀ ਨੂੰ ਨਾ ਕਹਿੰਦਾ ਦਸਵੇਂ ਪਾਤਸ਼ਾਹ ਅਵਤਾਰ ਆ ਗਏ ਆ ਵੱਡੇ ਤੇ ਹੁਣ ਬੇਖੋਸ਼ ਪਿਆ ਤੇ ਦਸਵੇਂ ਪਾਤਸ਼ਾਹ ਨੇ ਸਾਧ ਸੰਗਤ ਕੀ ਕੀਤਾ ਤੇ ਆਪਦਾ ਸੱਜਾ ਪੱਟ ਕਲਸੀ ਦੇ ਰਿਖੀ ਦੇ ਸਿਰ ਦੇ ਥੱਲੇ ਦੇ ਕੇ ਤੇ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਇਹਦੀ ਮਾਲਸ਼ ਕਰ ਕਿਹੋ ਜਿਹਾ ਸੀਨ ਹੋਣਾ ਇੱਕ ਕਲਸੀ ਦਾ ਰਿਖੀ ਹੈ ਮੇਰਾ ਮਤਬਲਾ ਕਹਿਣ ਦਾ ਬਈ ਦਸਵੇਂ ਪਾਤਸ਼ਾਹ ਨਾਮ ਜਪਣ ਵਾਲਿਆਂ ਨਾਲ ਸੰਤਾਂ ਨਾਲ ਕਿੰਨਾ ਪਿਆਰ ਕਰਦੇ ਹੋਣੇ ਇੱਕ ਕਲਸੀ ਦਾ ਰਿਖੀ ਹੈ ਸਹਿਰੋਂ ਦਾ ਚੱਕਿਆ ਸੱਜੇ ਪੱਟ ਤੇ ਰੱਖਿਆ ਜਾਂ ਤਾਂ ਕਿਸੇ ਸਮੇਂ ਸਾਧ ਸੰਗਤ ਭਾਈ ਮਹਾਂ ਸਿੰਘ ਦਾ ਸਿਰ ਰੱਖਿਆ ਹੋਣਾ ਸੱਜੇ ਪੱਟ ਤੇ ਜਾਂ ਤਾਂ ਦਸਵੇਂ ਪਾਤਸ਼ਾਹ ਨੇ ਨਾ ਮੁਕਤਸਰ ਦੇ ਜੰਗ ਚ ਕਖਰਾਣੀ ਦੀ ਢਾਬ ਤੇ ਜਾਂ ਤਾਂ ਮਹਾਂ ਸਿੰਘ ਦਾ ਸਿਰ ਰੱਖਿਆ ਸੱਜੇ ਪੱਟ ਤੇ ਜਾਂ ਅੱਜ ਕਲਸੀ ਦੇ ਰਿਖੀ ਦਾ ਸਿਰ ਰੱਖ ਕੇ ਸਾਧ ਸੰਗਤ ਦਸਵੇਂ ਪਾਤਸ਼ਾਹ ਨਾਲੇ ਮਾਲਸ ਕਰਾਉਣ ਨਾਲੇ ਪੰਗਤੀਆਂ ਉਹ ਮੇਰੀ ਬੱਤੀ ਹੋਈ ਭਗਤ ਛਡਾਉਂਦੇ ਆ ਭਗਤਾਂ ਦੀ ਬੱਤੀ ਮੇਰੀ ਬੱਤੀ ਹੋਈ ਭਗਤ ਛਡਾਉਂਦੇ ਆ ਭਗਤਾਂ ਦੀ ਬੱਤੀ ਹੋਈ ਪਾਗਲ
ਕਿਹਾ ਸੀਨ ਖੋਣਾ, ਕਿਵੇਂ ਸਤਿਕਾਰ ਕਰਦੇ ਹੋਣੇ, ਇਸੇ ਤਰ੍ਹਾਂ ਸਮਾਂ ਵੀ ਖੋਇਆ। ਮੈਂ ਗੱਡੀ ਚਲਾਵਾਂ ਤੇ ਸੰਤਾਂ ਦੇ ਮਗਰ ਘੱਟੋ ਘੱਟ 400-500 ਗੱਡੀ, ਦੋ ਟਰੱਕ ਤਾਂ ਅਸਲੇ ਦੇ ਭਰੇ ਹੋਣਗੇ, ਜਾਊਂਗਾ ਮੈਂ ਚਲਾਵਾਂ। ਆਹ ਸਮਾਂ ਹੋ ਗਿਆ ਜਿਹੜਾ ਹੁਣ ਸਮਾਂ ਨੇ, ਇਦੂ ਥੋੜ੍ਹਾ ਜਿਹਾ ਪਹਿਲਾਂ ਹੋਣਾ, ਲੀੜਾ ਪਿੰਡ ਆ ਹਲਵਾਰੇ ਕੋਲ। ਤਾਂ ਸੰਤ ਗਿਆਨੀ ਮੋਹਨ ਸਿੰਘ ਜੀ ਕਥਾ ਕਰਨ ਪਿੰਡਰ ਵਾਲੇ ਲੀਲਾ ਪਿੰਡ ਚ, ਤੇ ਗੁਰਦੁਆਰੇ ਚ ਮੇਰੇ ਹਿਸਾਬ ਚ 3-4 ਬੰਦੇ ਹੋਣੇ ਆ ਜਦੋਂ ਸੰਤ ਕਥਾ ਕਰਨਾ। ਤੇ ਸਪੀਕਰ ਚ ਆਵਾਜ਼ ਹੋਈ ਤੇ ਮੈਂ ਸੰਤਾਂ ਨੂੰ ਵੇਚ ਕੇ, ਮੈਂ ਕਿਹਾ ਬਾਬਾ ਜੀ, ਮੈਂ ਕਿਹਾ ਗਿਆਨੀ ਮੋਹਨ ਸਿੰਘ ਜੀ ਕਥਾ ਕਰਦੇ ਆ, ਸੰਤ ਮੈਨੂੰ ਕਹਿੰਦੇ ਵੀ ਰੋਕ ਲਾ। ਗੱਡੀ ਰੋਕ ਲਈ ਤਾਂ ਸੰਤ ਦਰਬਾਰ ਚ ਚਲੇ ਗਏ, ਆਏ ਆਏ ਦਰਬਾਰ ਭਰ ਗਿਆ ਜਿਵੇਂ ਆਪਾਂ ਬੈਠੇ। ਇਹਨੂੰ ਕਹਿੰਦੇ ਸੰਤ ਦੇ ਜਾਣ ਦੇ ਨਾ, ਸੇ ਧਰਤ ਪਈ ਹਰੀਆਵ, ਧਰਤੀ ਨੂੰ ਆਏ ਭਾਗ ਲੱਗਦੇ ਆ, ਐਵੇਂ ਗੱਲਾਂ ਨਾ ਨੀ ਜੇ ਆਪਾਂ ਆਖੋ ਗੱਲਾਂ। ਜਦੋਂ ਦਰਬਾਰ ਭਰ ਗਿਆ ਤੇ ਸੰਤ ਕਥਾ ਕਰਨ ਗਿਆ ਨੀ ਮੋੜ ਸੋਣੀ, 5 ਮਿੰਟ ਸੰਤ ਬੈਠੇ, ਤੇ ਜਦੋਂ ਸੰਤ ਆਏ ਤੇ ਸਾਧ ਸੰਗਤ ਉਸੇ ਤਰ੍ਹਾਂ ਸੰਤਾਂ ਦੇ, ਜਦੋਂ ਦੇਖਣ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵਾ ਸੋਹੀ, ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਹੀ। ਉਹ ਮਹਾਂਪੁਰਖਾਂ ਦੇ ਸਾਧ ਸੰਗਤ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ, ਮੈਂ ਤਾਂ ਆਪਦੇ ਆਪ ਨੂੰ ਇੰਨਾ ਭਾਗਾਂ ਵਾਲਾ ਸਮਝਦਾ ਵੀ ਮੇਰੇ ਅਰਗੇ ਬੰਦੇ ਦੀ ਵੀ ਹਾਜ਼ਰੀ ਲੱਗ ਗਈ ਦੇਖ ਲਓ। ਨਾ ਮੈਂ ਕਿਸੇ ਗਿਣਤੀ ਚ, ਨਾ ਕੋਈ ਮੈਂ ਸੰਤ ਆ, ਨਾ ਸਾਧ ਹੈ, ਗੁਰਸਿੱਖਾਂ ਵਾਲੇ ਗੁਰਮਣੀ। ਪਰ ਇਹ ਕਿਰਪਾ ਹੋਈ ਸਿੰਘ ਸਾਹਿਬਾਨ ਸਾਧ ਸੰਗਤ ਆਪ ਜੀ ਨੂੰ ਪਤਾ ਹੈ, ਮਹਾਂਪੁਰਖਾਂ ਨੇ ਮੇਰੇ 'ਤੇ ਵੀ ਕਿਰਪਾ ਕਰਤੀ। ਜਥੇਦਾਰ ਸਿੰਘ ਸਾਹਿਬਾਨ ਜਸਵੀਰ ਸਿੰਘ ਜੀ, ਜਿਨ੍ਹਾਂ ਨਾਲ ਬੜਾ ਪ੍ਰੇਮ ਕਰਦੇ ਆ, ਜਦੋਂ ਕਿਤੇ ਮਿਲਦੇ ਆ ਨਾ, ਜਿਵੇਂ ਕਿਸੇ ਨਾਲ ਸਾਧ ਸੰਗਤ ਛੋਟੇ ਭਾਈ ਨੂੰ ਮਿਲੀਦਾ, ਐਨ ਸਤਿਕਾਰ। ਇਸੇ ਕਰਕੇ ਸਾਧ ਸੰਗਤ ਮੇਰੀ ਵੀ ਹਾਜ਼ਰੀ ਲੱਗ ਗਈ, ਮੈਂ ਵੀ ਆਪਦੇ ਆਪ ਨੂੰ ਭਾਗਾਂ ਵਾਲਾ ਸਮਝਦਾ। ਇੱਕ ਗੱਲ ਚੇਤੇ ਰੱਖਿਓ, ਅੱਜ ਹਰ ਇੱਕ ਬੰਦੇ ਦੇ ਹਿਰਦੇ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦਾ ਪਿਆਰ ਹੈ। ਕਿਸੇ ਤੋਂ ਮਰਜ਼ੀ ਪੁੱਛ ਕੇ ਦੇਖ ਲਓ, ਇਕੱਲੇ ਇਕੱਲੇ ਬੰਦੇ ਦੇ ਹਿਰਦੇ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਸਤਿਕਾਰ ਹੈ। ਤੇ ਇਸੇ ਕਰਕੇ ਅੱਜ ਆਪਾਂ ਸੰਗਤ ਹਾਜ਼ਰੀ 'ਚ ਬੈਠੇ ਹਾਂ, ਤੇ ਸਾਧ ਸੰਗਤ ਆਪਾਂ ਕਰ ਕੁਛ ਨਹੀਂ ਸਕਦੇ, ਤੇ ਇੱਕ ਗੁਰੂ ਸਾਹਿਬ ਮੂਹਰੇ ਬੇਨਤੀ ਕਰ ਸਕਦੇ, ਸੱਚੇ ਪਾਤਸ਼ਾਹ ਇਹੋ ਜਿਹੀਆਂ ਬਖਸ਼ੀਆਂ ਰੂਹਾਂ ਦੇ ਦਰਸ਼ਨ ਹੁੰਦੇ ਹੀ ਰਹਿਣ, ਫਿਰ ਲੋਕ ਸੁੱਖ ਗਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਉਣ ਵਾਲਾ ਸਮਾਂ ਪ੍ਰਬੰਧਕਾਂ ਵੱਲੋਂ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਹੁਣ, ਕਿਉਂਕਿ ਮਹਾਂਪੁਰਖਾਂ ਨੇ ਪ੍ਰਵਚਨਾਂ ਦੀ ਸਮਾਪਤੀ ਕਰ ਦਿੱਤੀ ਆ। ਪਰ ਆਪਾਂ ਸਾਰਿਆਂ ਨੇ ਹਰ ਰੋਜ਼ ਦੀ ਤਰ੍ਹਾਂ ਅਰਦਾਸ ਵਿੱਚ ਸ਼ਾਮਿਲ ਹੋ ਕੇ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਜਾਣਾ। ਹੁਣ 5 ਕੁ ਮਿੰਟ ਦਾ ਪ੍ਰੋਗਰਾਮ ਹੋਰ ਹੈ। ਮਹਾਂਪੁਰਖਾਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਜੀ ਨੂੰ ਬੇਨਤੀ ਹੈ ਉਹ ਸਟੇਜ 'ਤੇ ਆ ਜਾਣ।
ਮਹਾਂਪੁਰਖਾਂ ਦਾ ਸਨਮਾਨ ਕਰਨਾ ਹੈ। ਨਾਲ ਹੀ ਮੈਂ ਬੇਨਤੀ ਕਰਾਂ ਕਿ ਇਹ ਕਥਾ ਕਹਾਣੀਆਂ ਜਿਹੜੀਆਂ ਨਾਲ ਹੰਢਾਈਆਂ ਹੁੰਦੀਆਂ ਨਾ, ਉਹਨਾਂ ਦਾ ਰੰਗ ਹੋਰ ਹੁੰਦਾ, ਤੁਸੀਂ ਦੇਖ ਹੀ ਲਿਆ। ਜਿਸ ਤਰ੍ਹਾਂ ਬਾਬਾ ਸੁਖਦੇਵ ਸਿੰਘ ਜੀ ਖੋਜਗੀਪੁਰ ਵਾਲੇ, ਇਹਨਾਂ ਨੇ ਵੀ ਮਹਾਂਪੁਰਖਾਂ ਦਾ ਸਾਥ ਹੰਢਾਇਆ, ਮਹਾਂਪੁਰਖਾਂ ਦੇ ਪ੍ਰੋਗਰਾਮ ਨਿਭਾਏ ਆ, ਨਗਰ ਕੀਰਤਨਾਂ ਵਿੱਚ ਸੇਵਾ ਕੀਤੀਆਂ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨਾਲ, ਮਹਾਂਪੁਰਖਾਂ ਦੇ ਨਾਲ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨਾਲ। ਅਤੇ ਬਾਬਾ ਅਵਤਾਰ ਸਿੰਘ ਬਾਰੇ ਤਾਂ ਦਾਸ ਨੇ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਦਾ ਮਹੰਤਾਂ ਦੇ ਨਾਲ, ਮਹੰਤ ਜਗੀਰ ਸਿੰਘ ਖਾੜੇ ਵਾਲੇ, ਉਹਨਾਂ ਨਾਲ